ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੂੰ ਹੋਪੀ ਸੀ ਮਸਤ ਸਵਸਥ ਤੇ ਤੁਹਾਡੀ ਪ੍ਰੈਪਰੇਸ਼ਨ ਬਹੁਤ ਵਧੀਆ ਚੱਲਦੀ ਹੋਊਗੀ ਤੇ ਮੈਂ ਹਾਂ ਅੱਜ ਜੈਨ ਤੁਹਾਡੇ ਲਈ ਇੱਕ ਮਸਤ ਜ਼ਬਰਦਸਤ ਕਲਾਸ ਲੈ ਕੇ ਆ ਗਿਆ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਲਦੀ ਜਲਦੀ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਨੂੰ ਬੋਲ ਦਿਓ ਕਿ ਜੈਨ ਸਰ ਦੀ ਕਲਾਸ ਸ਼ੁਰੂ ਹੋ ਗਈ ਹੈ ਜਿਹੜੇ ਸੁੱਤੇ ਪਏ ਨੇ ਉਹਨਾਂ ਨੂੰ ਵੀ ਠਾ ਦਿਓ ਹੈ ਨਾ ਜਿੱਤੇ ਬੱਚੋ ਜਿਹੜੇ ਬੱਚੇ ਸੁੱਤੇ ਪਏ ਨੇ ਉਹਨਾਂ ਨੂੰ ਵੀ दो कि जैन सर की क्लास लगा बहुत जरूरी है कलास लगा के सोना फिर नींद बढ़िया आऊगी क्लास लगा के सोना फिर नींद बढ़िया आऊगी हाँ जी राम राम जी सताल जी सताल बचो सात श्रीकाल ਸਭ ਨੂੰ ਮੈਂ ਦੱਸੂ ਹਲੇ ਤੱਕ ਬਹੁਤ ਬੱਚਾ ਨੇ ਕਲਾਸ ਨੂੰ ਸ਼ੇਅਰ ਵੀ ਨਹੀਂ ਕੀਤਾ ਕਲਾਸ ਨੂੰ ਲਾਈਕ ਵੀ ਨਹੀਂ ਕੀਤਾ ਪਹਿਲਾਂ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਹਾਂਜੀ ਜੈਨ ਸਰ ਜਿੰਦਾਬਾਦ ਥੈਂਕ ਯੂ ਬੱਚੋ ਪਹਿਲਾਂ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜਿੰਨੇ ਵੀ ਤੁਹਾਡੇ ਗਰੁੱਪਸ ਨੇ ਜਿਹਦੇ ਚ ਤੁਸੀਂ ਗੱਲਾਂ ਮਾਰਦੇ ਹੋ ਪੜਦੇ ਤਾਂ ਕਿਹੜੇ ਮੈਨੂੰ ਪਤਾ ਹੈ ਜਿਨ੍ਹਾਂ ਚ ਗੱਲਾਂ ਮਾਰਦੇ ਹੋ ਤਾਂ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰਕੇ ਆਓ ਦੇ ਵਿੱਚ ਹੈਨਾ ਜਿਹੜੀ ਇਹ ਵਾਲੀ ਸ਼ੇਅਰ ਵਾਲੀ ਗੱਲ ਹੈ ਇਹ ਜ਼ਰੂਰ ਕਰਨੀ ਹੈ ਆਪਣੇ ਦੋਸਤਾਂ ਨਾਲ ਕਿ ਜੈਨ ਸਰ ਦੀ ਕਲਾਸ ਹੁੰਦੀ ਹੈ ਕਿੰਨੇ ਵਜੇ ਰਾਤ ਨੂੰ 10:00 ਵਜੇ ਹਾਂਜੀ ਸੱਚੀ ਕਾਲ ਜੀ ਸੱਚੀ ਕਾਲ ਬੱਚੋ ਹਾਂਜੀ ਸੁੱਤੇ ਨਹੀਂ ਉੜਦੇ ਜੀ ਕਹਿੰਦਾ ਉੱਠ ਜਾਣਗੇ ਬੱਚੋ ਉੱਠ ਜਾਣਗੇ ਤੁਸੀਂ ਇੱਕ ਵਾਰੀ ਐ ਕਹਿ ਦੋ ਵੀ ਕਨਸਟੇਬਲ ਦੇ ਪੇਪਰ ਦੇਣਾ ਤਾਂ ਜੈਂਸਰ ਦਾ ਕਰਵਾਇਆ ਹੋਇਆ ਕੰਪਿਊਟਰ ਆਊਗਾ ਕਲਾਸ ਲੱਗਦੀ ਹੈ ਬਸ ਦੇਖਿਓ ਜੇ ਨਾ ਨੀਂਦ ਉੜ ਜਾਵੇ ਫਿਰ ਤਾਂ 5-7 ਘੰਟੇ ਵੀ ਨੀਂਦ ਆਂਦੀ ਹੈ ਨਾ ਬਿਲਕੁਲ ਕੌਨਸਟੇਬਲ ਤੇ ਸਿਲੈਕਸ਼ਨ ਲੈ ਲਓ ਬੱਚੋ ਬਹੁਤ ਇੰਪੋਰਟੈਂਟ ਪੇਪਰ ਹੈ ਹੈਨਾ ਬਿਲਕੁਲ ਕੌਨਸਟੇਬਲ ਤੇ ਸਿਲੈਕਸ਼ਨ ਲੈ ਲਓ ਬਹੁਤ ਇੰਪੋਰਟੈਂਟ ਪੇਪਰ ਹੈ ਡੀਐਸਪੀ ਪ੍ਰਭਜੋਤ ਸਿੰਘ ਪੰਜਾਬ ਪੁਲਿਸ ਬੱਚੇ ਗਏ ਤੁਸੀਂ ਮੇਰਾ ਕਮੈਂਟ ਨਹੀਂ ਦੇਖਿਆ ਬੱਚੇ ਉਹਦੇ ਕਲਾਸ ਦੇ ਵਿੱਚ ਬਹੁਤ ਡੀਐਸਪੀ ਆਉਂਦੇ ਨੇ ਕੋਈ ਪ੍ਰਧਾਨ ਮੰਤਰੀ ਬਣਿਆ ਆਂਦਾ ਹੈ ਕੋਈ ਚੀਫ ਮਿਨਿਸਟਰ ਬਣਿਆ ਆਂਦਾ ਹੈ ਹੈਨਾ ਤਾਂ ਬੱਚੋ ਕਮੈਂਟਰ ਰਹਿ ਜਾਂਦਾ ਹੈ ਹੈਨਾ ਕੋਈ ਦਿੱਕਤ ਨਹੀਂ ਤੁਸੀਂ ਦੁਬਾਰਾ ਕਰ ਦਿਓ ਕਮੈਂਟ ਤਾਂ ਬੱਚੋ ਜਿਨ੍ਹਾਂ ਨੇ ਐਪ ਨਹੀਂ ਡਾਊਨਲੋਡ ਕੀਤੀ ਐਪ ਜ਼ਰੂਰ ਡਾਊਨਲੋਡ ਕਰ ਲਓ ਜਿਸ ਵਿੱਚ ਪ੍ਰੀਮੀਅਮ ਸਟੱਡੀ ਮਟੀਰੀਅਲ ਕਰੰਟ ਅਫੇਅਰ ਜੌਬ ਲਰਸ ਡੇਲੀ ਕੁਇਜ਼ ਸਬਜੈਕਟ वाइज ਕੁਇਜ਼ ਮੈਗਜ਼ੀਨ ਪਾਵਰ ਕੈਪਸੂਲ ਐਵਰੀਥਿੰਗ ਮਿਲੇਗਾ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਵੱਡਾ 247 ਅਫੀਸ਼ੀਅਲ YouTube ਚੈਨਲ ਜਿਨ੍ਹਾਂ ਬੱਚਾ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਵੋ ਹੈਨਾ ਤਾਂ ਬੱਚੋ ਆ ਆ ਗਿਆ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਕੀ ਹੈ ਕਿ ਨਾਟ ਇਜ਼ ਦ ਓਪਨ ਸੋਰਸ ਸੌਫਟਵੇਅਰ ਹਾਂਜੀ ਓਪਨ ਸੋਰਸ ਸੌਫਟਵੇਅਰ ਕਿਹੜਾ ਬੱਚੋ ਵਿੰਡੋ ਸੀਈ ਐਮਐਸ ਵਰਡ ਲੀਨਕਸ ਯੂਨਿਕਸ ਤਾਂ ਬੱਚੋ ਆਪਣੀ ਕਲਾਸਾਂ ਜਿਹੜੀਆਂ ਕਨਸਟੇਬਲ ਦੀਆਂ ਲੱਗ ਰਹੀਆਂ ਨੇ ਜਿਹੜੀਆਂ ਕਲਾਸਾਂ ਕੀ ਲੱਗ ਰਹੀਆਂ ਨੇ ਬੱਚੋ ਥੈਟ ਇਜ਼ ਅ ਕਨਸਟੇਬਲ ਦੀਆਂ ਕਲਾਸਾਂ ਲੱਗ ਰਹੀਆਂ ਨੇ ਕਨਸਟੇਬਲ ਦੇ ਵਿੱਚ ਜਿਹੜਾ ਆਪਾਂ ਕਰਵਾਵਾਂਗੇ ਉਹ ਪੇਪਰ 'ਚ ਆਊਗਾ ਬਿਲਕੁਲ ਜਿਹੜਾ ਆਪਾਂ ਕਨਸਟੇਬਲ 'ਚ ਕਰਵਾਵਾਂਗੇ ਕਨਸਟੇਬਲ ਵਾਸਤੇ ਕਰਵਾ ਰਿਹਾ ਤਾਂ ਜਿਹੜਾ ਚੀਜ਼ਾਂ ਮੈਂ ਕਰਵਾਉਂਗਾ ਬੱਚੋ ਡਿੱਟੋ ਆਣ ਗਿਆ ਪੇਪਰ 'ਚ ਤੇ ਤੁਸੀਂ ਵੀਡੀਓ ਕਲਰਕ ਵਗੈਰਾ ਦੀ ਵੀ ਤਿਆਰੀ ਕਰਦੇ ਹੋ ਤਾਂ ਕਲਾਸ ਲਗਾ ਸਕਦੇ ਹੋ ਤਾ ਬੱਚੋ ਓਪਨ ਸੋਰਸ ਸੌਫਟਵੇਅਰ ਕਿਹੜਾ ਹੈ ਓਪਨ ਸੋਰਸ ਸੌਫਟਵੇਅਰ ਇੱਕ ਮਾ ਪਤਾ ਨਹੀਂ ਕਿਹੜੀ ਕਲਾਸ ਦੇਖ ਰਿਹਾ ਸੇਰ ਕਿਹੜੇ ਟੀਚਰ ਜੀ ਗਲਤੀ ਨਾਲ ਖੁੱਲ ਗਈ ਵੈਸੇ ਟਾਈਮ ਹੁੰਦਾ ਨਹੀਂ ਮੇਰੇ ਕੋਲੇ ਤਾਂ ਉੱਥੇ ਕੋਈ ਅਜੇ ਜਾਂ ਅਨਸਰ ਲਿਖੀ ਜਾਵੇ ਅਭੀ ਅਜੇ ਜਾਂ ਅਨਸਰ ਲਾਈ ਹੁੰਦੇ ਨੇ ਕਲਾਸ ਉਹ ਵੀ ਅੱਗੇ ਖੁਸ਼ੀ ਸੀ ਟੀਚਰ ਵੀ ਅਜ ਅਨਸਰ ਜੇ ਮੇਰੀ ਕਲਾਸ ਲਾਈ ਜਾਂਦੇ ਨੇ ਹੈਨਾ ਪਤਾ ਨਹੀਂ ਕਿਹੜੇ ਟੀਚਰ ਦੀ ਕਲਾਸ ਸੀ ਧਿਆਨ ਨਹੀਂ ਹੈਨਾ ਮੈਂ ਕਹਾਂ ਚਲੋ ਦੁਸਤਾ ਮੋਦੀ ਨੂੰ ਨਹੀਂ ਛੱਡਦੇ ਮੈਨੂੰ ਤਾਂ ਕੀ ਛੱਡਣਾ ਪਤੰਦਰੋ ਮੋਦੀ ਦਾ ਨਾਮ ਲਿਖੀ ਜਾਂਦੇ ਦੁਸਤਾ ਹੈਨਾ ਤਾਂ ਓਪਨ ਸੋਰਸ ਸੌਫਟਵੇਅਰ ਕਿਹੜਾ ਸੀ ਬੱਚੋ ਓਪਨ ਸੋਰਸ ਸੌਫਟਵੇਅਰ ਥੈਟ ਇਜ਼ ਲਿਨਕਸ ਹੈ ਲਿਨਕਸ ਓਪਨ ਸੋਰਸ ਸੌਫਟਵੇਅਰ ਕਿਹੜੇ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਨੂੰ ਕੋਡਿੰਗ ਮਿਲ ਜਾਂਦੀ ਹੈ ਜਿਨ੍ਹਾਂ ਦੀ ਕੀ ਮਿਲ ਜਾਂਦੀ ਹੈ ਬੱਚੋ ਕੋਡਿੰਗ ਮਿਲ ਜਾਂਦੀ ਹੈ ਹੈਨਾ ਕੋਡਿੰਗ ਮਿਲ ਜਾਂਦੀ ਹੈ ਤਾਂ ਬੱਚੋ ਕੋਡਿੰਗ ਨੂੰ ਤੁਸੀਂ ਐਡਿਟ ਤੇ ਚੇਂਜ ਕਰ ਸਕਦੇ ਹੋ ਜਿਹਨੂੰ ਕੀ ਕਰ ਸਕਦੇ ਹੋ ਬੱਚੋ ਕੋਡਿੰਗ ਨੂੰ ਐਡਿਟ ਤੇ ਚੇਂਜ ਕਰ ਸਕਦੇ ਹੋ ਤਾਂ ਉਹਨੂੰ ਕੀ ਕਹਿੰਦੇ ਬੱਚੋ ਦੈਟ ਇਜ਼ ਓਪਨ ਸੋਰਸ ਸੌਫਟਵੇਅਰ ਕਹਿੰਦੇ ਆ ਹੈਨਾ ਵੀ ਆਪਾਂ ਉਹ ਲੀਨਕਸ ਦੀ ਐਗਜ਼ਾਮਪਲ ਦੇਖ ਲਈ ਲੀਨਕਸ ਕੀ ਹੈ ਓਪਨ ਸੋਰਸ ਸੌਫਟਵੇਅਰ ਹੈ ਤਾਂ ਲੀਨਕਸ ਦੇ ਨਾਲ ਨਾਲ ਆਪਣੇ ਕੋਲੇ ਪੀ ਐਚ ਪੀ ਆ ਜਾਂਦਾ ਹੈ ਹੈਨਾ ਮਾਈ ਸਿਕੁਇਲ ਆ ਜਾਂਦਾ ਹੈ ਹੈਨਾ ਤਾਂ ਬੱਚੋ ਇਹ ਸਾਰੇ ਕਿਹਦੇ ਨੇ ਓਪਨ ਸੋਰਸ ਸੌਫਟਵੇਅਰ ਨੇ ਸਾਰੇ ਕਿਹਦੇ ਨੇ ਬੱਚੋ ਦੈਟ ਇਜ਼ ਓਪਨ ਸੋਰਸ ਸੌਫਟਵੇਅਰ ਨੇ ਚਲੋ ਹਾਂਜੀ ਕੰਪਾਈਲਰ ਦਾ ਕੰਪਾਈਲਰ ਆ ਯਾਰ ਕੰਪਾਈਲਰ ਤਾਂ ਕਿੱਥੇ ਆ ਗਿਆ ਲੈ ਤਾਂ ਓਪਨ ਸੋਰਸ ਪੜਿਆ ਆਪਾਂ ਨੇ ਚਲੋ ਨੈਕਸਟ ਆ ਗਿਆ ਬੱਚੋ ਵਿਚ ਆਫ ਦਾ ਫੋਲੋਇੰਗ ਵਿਚ ਆਫ ਦਾ ਫੋਲੋਇੰਗ ਕਮਿਊਨੀਕੇਸ਼ਨ ਮੋਡ ਪ੍ਰੋਵਾਈਡਸ ਬਾਈ ਡਾਇਰੈਕਸ਼ਨਲ ਡਾਟਾ ਫॉर ਟ੍ਰਾਂਸਮਿਸ਼ਨ ਹਾਂਜੀ ਕਿਹੜਾ ਕਮਿਊਨੀਕੇਸ਼ਨ ਮੋਡ ਹੈ ਬੱਚੋ ਜਿਹੜਾ ਬਾਈ ਡਾਇਰੈਕਸ਼ਨਲ ਡਾਟਾ ਟ੍ਰਾਂਸਮਿਸ਼ਨ ਪ੍ਰੋਵਾਈਡ ਕਰਦਾ ਹੈ ਹਾਂਜੀ ਗੁੱਡ ਈਵਨਿੰਗ ਬੱਚੋ ਗੁੱਡ ਈਵਨਿੰਗ ਜੋਤੀ ਸੰਧੂ ਜੀ ਅੱਜ ਤੁਸੀਂ ਐਸਐਸਸੀ ਅੱਡਾ ਤੇ ਆਏ ਨਹੀਂ ਬੱਚੇ ਜੋਤੀ ਸੰਧੂ ਜੀ ਹੈਨਾ ਬਾਕੀ ਕਾਫੀ ਬੱਚਾ ਜੇ ਨਵੇਂ ਵੀ ਦੇਖਣ ਨੂੰ ਮਿਲੇ ਐਸਐਸਸੀ ਅੱਡਾ ਤੇ ਜਿਹੜੇ ਬੱਚੇ ਆਪਣੀ ਕਲਾਸਾਂ ਚਾਹੁੰਦੇ ਰਾਤ ਨੂੰ ਅੱਜ ਐਸਐਸਸੀ ਅੱਡਾ ਤੇ ਪਹੁੰਚ ਰਹੇ ਸੀ ਐਸਐਸਸੀ ਅੱਡਾ ਦੇ ਅੰਗਨੇ ਸਤਿ ਸ਼੍ਰੀਕਾਲ ਉਹ ਦੇਖਣ ਐ ਐਸਐਸਸੀ ਅੱਡਾ ਲਈ ਵੀ ਅਰੇ ਸਤਿ ਸ਼੍ਰੀਕਾਲ ala ਕਿਹੜਾ ਜਵਕ ਆ ਗਿਆ ਵੀ ਇਹਦਾ ਮਤਲਬ ਕੀ ਹੁੰਦਾ ਹੈ ਹੈਨਾ ਕਿਉਂਕਿ ਉਹਨਾਂ ਨੂੰ ਸਤਿ ਸ਼੍ਰੀਕਾਲ ਦਾ ਆਈਡੀਆ ਤਾਂ ਹੈ ਨਹੀਂ ਪੰਜਾਬੀ ਵਿੱਚ ਲਿਖ ਰੱਖਿਆ ਜੀ ਕਿ ਬੱਚੇ ਨੇ ਤਾਂ ਕਹਿੰਦਾ ਸਤਿ ਸ਼ ਉਹ ਸੋਚਦੇ ਨੇ ਇਹ ਤਾਂ ਕੂਕੂ ਕਾਂਗਰਸ ਜੀ ਪਤਾ ਨਹੀਂ ਕਿਹੜੇ ਮਾਰੇ ਹੋਏ ਆ ਹਨਾ ਵੀ ਇਹ ਕੀ ਲਿਖਿਆ ਕੀ ਉਹਨੂੰ ਸਮਝ ਨਹੀਂ ਆਇਆ ਉਹਨਾਂ ਨੂੰ ਤਾਂ ਹਿੰਦੀ 'ਚ ਲਿਖ ਦਿਆ ਕਰੋ ਜਦੋਂ ਤੁਸੀਂ ਆਂਦੇ ਹੋ ਉਹਨੂੰ ਐਸਐਸਸੀ ਅੱਡਾ ਤੇ ज इंग अंग्रेजी से लिखता हाँ जी द फॉलोइंग कम्युनिकेशन मोड बाय डायरेक्शनल डेटा ट्रांसमिट कर दिया बिल्कुल हेठा रीतियां विचों विचो, जो बच्चों अपने को दोवें दिशा में डेटा ट्रांसमिट कर दिया बच्चों की है दैट इज़ अपने को ले बोथ बी एंड सी आऊगा बिल्कुल जो बोथ बी एंड सी आऊगा जो दोवें दिशावे डेटा ट्रांसमिट करता है तो हाफ डुपलैक्स बीते फुल डुपलैक्स बी बिल्कुल हाफ डुपलैक्स बीते फुल डुपलैक्स भी जोड़ा दोवें दिशावें डेटा ट्रांसमिट करता है तो वो कि बच्चों बचो दैट इज़ फुल डुपलैक्स से हाफ डुपलैक्स आप बारे देख लें क्योंकि बहुत इंपोर्टेंट है इस बार कौंसटेबल के पेपर च पक्काशन आऊगा कौंसटेबल दे पक्का क्वेश्चन आऊगा सिंपलैक्स की है बचो इन दिस कम्यूनीकेशन मोड दैट इज़ ए डायरैक्शनल बिल्कुल यूनी डायरैक्शनल का मतलब की बचो एक साइड ही डेटा ट्रांसमिट हूँ है ना एक साइड ही डेटा ट्रांसमिट हूँ दट इज़ ए डायरैक्शनल अपने को वन वे स्ट्रीट होंगी जिम्मे एक ਇੱਕ ਗਲੀ ਹੈ ਨਾ ਜਿਹੜੀ ਇੱਕ ਸਾਈਡ ਜਾਂਦੀ ਹੈ ਤਾਂ ਬਿਲਕੁਲ ਵਨ ਵੇ ਸਟਰੀਟ ਹੁੰਦੀ ਹੈ ਬੱਚੋ दैट इज ਯੂਨੀ ਡਾਇਰੈਕਸ਼ਨਲ ਜਿਵੇਂ ਆਪਣੇ ਕੋਲੇ ਕੀਬੋਰਡ ਹੈ ਕੀਬੋਰਡ ਨਾਲ ਆਪਾਂ ਕੀ ਇਨਪੁਟ ਦਿੰਦੇ ਆ ਆਉਟਪੁਟ ਤਾਂ ਨਹੀਂ ਮਿਲਦੀ ਹੈ ਨਾ ਜੇ ਆਪਣੇ ਕੋਲੇ ਮੋਨੀਟਰ ਟ੍ਰੈਡੀਸ਼ਨਲ ਪੁਰਾਣੇ ਮੋਨੀਟਰ ਜਿਹੜੇ ਪੀਪੇ ਜਿਹੋ ਹੁੰਦੇ ਸੀ ਬੜੇ ਬੜੇ ਹੈ ਨਾ ਤਾਂ ਬੱਚਿਓ ਕੀ ਨੇ ਥੈਟ ਇਜ਼ ਆਪਣੇ ਕੋਲੇ ਸਿੰਪਲੈਕਸ ਡਿਵਾਈਸਿਜ਼ ਨੇ ਹੈ ਨਾ ਤਾਂ ਕੀ ਨੇ ਬੱਚੋ ਸਿੰਪਲੈਕਸ ਡਿਵਾਈਸਿਜ਼ ਨੇ बिल्कुल जी बिल्कुल जिन्हें बच्चों का सही है तो हाफ डुपलैक्स देखो की है कहते बोथ साइड जो है डेटा ट ट्रांसमिट हूं बहुत साइड लेकिन एट ए टाइम वन साइड होंगे है ना बिल्कुल बच्चों की, की है कि जो फुल हाफ डुपलैक्स है जो डेटा है बोथ साइड ट्रांसमिट हूँ एट ए टाइम वन साइड होंगे जिन्हें कहते वॉकीटोकी बिल्कुल वोकीटोकी की है बचो अपने को एक हाफ डुपलैक्स की एग्जाम्पल है वोकी टोकी की है बचो डेटा तो बहुत सार्ड ट्रांसमिट है लेकिन एट ए टाइम ਵਨ ਸਾਈਡ ਹੁੰਦਾ ਹੈ ਤੈਨੂੰ ਵੋਕੀ ਟੋਕੀ ਕਹਿੰਦੇ ਨੇ फुल डुप्लेक्स मोड ਕੀ ਹੈ ਬੱਚੋ ফুল ਡੁਪਲੈਕਸ ਮੋਡ ਦੇ ਵਿੱਚ ਬੋਥ ਸਾਈਡ ਡਾਟਾ ਟਰਾਂਸਮਿਟ ਹੁੰਦਾ ਹੈ ਫੁੱਲ ਡਿਪਲੈਕਸ ਮੋਡ ਦੇ ਵਿੱਚ ਬੋਥ ਸਾਈਡ ਡਾਟਾ ਟਰਾਂਸਮਿਟ ਹੁੰਦਾ ਹੈ ਥੈਟ ਇਜ਼ ਅ ਫੁੱਲ ਡਿਪਲੈਕਸ ਮੋਡ ਹੈ ਨਾ ਫੁੱਲ ਡਿਪਲੈਕਸ ਦਾ ਕੀ ਹੈ ਜਿਵੇਂ ਮੋਬਾਈਲ ਫੋਨ ਮੈਂ ਗਵਾਂਡੀਆਂ ਦੀ ਲੜਾਈ ਵੀ ਸੁਣ ਜਾਂਦੀ ਹੈ ਜੇ ਗਵਾਂਡੀਆਂ ਦੇ ਕਿਸੇ ਨੇ ਡੋਲੂ ਮਾਰਿਆ ਕਿਸੇ ਨੇ ਹੈ ਨਾ ਬਾਲਟੀ ਮਾਰੀ ਚੱਕ ਕੇ ਬਾਹਰ ਕਿਸੇ ਨੇ ਪਲੇਟ ਮਾਰੀ ਬਾਹਰ ਚੱਕ ਕੇ ਵੀ ਖਾਂਦਾ ਨਹੀਂ ਰੋਟੀ ਮੈਂ ਹੈ ਨਾ ਉਹ ਵੀ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਗਵਾਂਡੀਆਂ ਦੀ ਤੁਹਾਨੂੰ ਪਤਾ ਹੀ ਹੈ ਚਿਕ ਚਿਕ ਜੀ ਹੈ ਨਾ ਉਹ ਵੀ ਸੁਣ ਜਾਂਦੀ ਹੈ ਕਿਤੇ ਫੁੱਲ ਚਲੋ ਹਾਂਜੀ ਚੱਲੀਏ ਅੱਗੇ ਕਹਿੰਦੇ ਵਿਚ ਆਉਟਪੁੱਟ ਡਿਵਾਈਸ ਯੂजेस 스ਪੂਲਿੰਗ ਪ੍ਰੋਸੈਸ ਬਿਲਕੁਲ ਕਿਹੜਾ ਆਉਟਪੁੱਟ ਡਿਵਾਈਸ 스ਪੂਲਿੰਗ ਪ੍ਰੋਸੈਸ ਦੀ ਵਰਤੋਂ ਕਰਦਾ ਹੈ ਬਿਲਕੁਲ ਵਿਚ ਆਉਟਪੁੱਟ ਡਿਵਾਈਸ ਜਿਹੜਾ ਬੱਚੋ ਕੀ ਕਰਦਾ 스ਪੂਲਿੰਗ ਪ੍ਰੋਸੈਸ ਯੂਜ਼ ਕਰਦਾ ਹੈ ਮੁੱੱਚ ਇੱਕ ਗੱਲ ਹੈ ਮੈਂ ਜਿੱਥੇ ਮਰਜ਼ੀ ਪੜਾ ਲਾਂ ਮੈਂ ਐ ਲਗਾ ਲਓ ਕਿ ਪੰਜਾਬ ਵੱਡਾ ਤੋਂ ਸਟਾਰਟ ਕੀਤਾ ਸੀ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਹੈ ਨਾ ਹੁਣ ਐਸਐਸਸੀ ਅੱਡਾ ਤੇ ਆ ਗਿਆ ਲੇਕਿਨ ਜਿਹੜਾ ਮਜ਼ਾ ਕਲਾਸ ਆਪਣੀ ਕਲਾਸ ਚ ਆਂਦਾ ਹੈ ਨਾ ਉਹ ਮਜ਼ਾ ਕਿਤੇ ਨਹੀਂ ਆਂਦਾ ਹੈਨਾ ਬਿਲਕੁਲ ਮਜ਼ਾ ਕੀਤੇ ਨਹੀਂ ਆਂਦਾ ਬੱਚੋ ਜਿਹੜਾ ਆਪਣੀ ਕਲਾਸ ਦੇ ਵਿੱਚ ਮਜ਼ਾ ਆਂਦਾ ਹੈ ਕਿ ਪੰਜਾਬੀ ਬੋਲ ਕੇ ਨਾ ਅਲੱਗ ਹੀ ਨਜ਼ਾਰਾ ਪੰਜਾਬੀ ਦਾ ਹੈਨਾ ਬਿਲਕੁਲ ਪੰਜਾਬੀ ਦਾ ਇੱਕ ਅਲੱਗ ਹੀ ਨਜ਼ਾਰਾ ਹੈ ਤਾਂ ਬੱਚੋ which output device uses spooling process spooling ਕੀ ਹੁੰਦਾ ਬੱਚੋ that is a one by one process ਕਰਨਾ ਕੀ ਚੀਜ਼ ਜਮ one by one प्रोसेस करना तो बच्चों वन बाय वन प्रोसेस कौन करता है बच्चों दैट इज द प्रिंटर यूज करता है बिल्कुल जो स्पूलिंग प्रोसेस है बच्चों इट इज यूज्ड बाय प्रिंटर उन प्रिंटर है सारी कमांड्स कमांडस नट्ठिया का नहीं प्रोसेस करता प्रिंटर की करता बच्चों सारी कमांड्स कमांडस इकट्ठा नहीं प्रोसैस करता कर अपने कोल वन बाय वन डेटा ट्रांसमिट तो वन बाय वन डेटा ट्रांसमिट कर बच्चों अपने को, one 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 अपने को प्रिंटर एक मिनट आया बच्चों में एक मिनट आया पूलिंग मीनस वन बाय वन प्रोसैस बिल्कुल बच्चों वन बाय वन प्रोसैस करता है तो की कहें बच्चों दैट इज प्रिंटर स्पूलिंग इज अ टाइप ऑफ बफर होल्स बिल्कुल एक ही करता है प्रिंटर की करता है अपने बफर दे विच स्टोर कर लें है ना अपने बफर दे विच जॉब न स्टोर कर है ते वन बाय वन प्रोसेस करता है तो की है बच्चों दैट इज प्रिंटर हाँ जी नैक्सट वट डज कंट्रोल स्केप डू कंट्रोल स्केप की काम करता है बच्चों कीबोर्ड भी तो स्पूलिंग करता है जी नहीं बच्चों कीबोर्ड स्पूलिंग नहीं करता कीबोर्ड स्पूलिंग नहीं करता हाँ जी तो बच्चों कंट्रोल स्केप डू कंट्रोल स्केप की कम करता क्लास के एंड च पूल ला लो बच्चो पूल ही है बच्चों ऑप्शन आ रहे हैं तो पूल दे ही है ना जो चीज ऑप्शन आ रहे हैं दैट इज़ ए पूल कंट्रोल स्केप की कम कर दे बच्चों शोज द स्टार्ट मेन्यू, शोज द अपने को है फॉर्मेट मेन्यू, शोज़ द टूल्स मेन्यू या शोज द इंसर्ट मेन्यू या ओपन द कंट्रोल पैनल हां जी जल्दी-जल्दी सारे आंसर करो जल्दी-जल्दी सारे आंसर करो। कल्ले-कल्ले बच्चे दा आंसर आना चाहिदा है ता बच्चो कंट्रोल एस्केप नाल की काम करदे हां ता दैट इज शोस द स्टार्ट मेन्यू शोस द स्टार्ट मेन्यू बिल्कुल स्टार्ट मेन्यू नु शो करदा है आ ई केडे ने इज अप्लाई किता सब दा गलत करा गया आ ई वाला कौन है जी ने ई आंसर दित्ता सब दा गलत करा गया नहीं बच्चो दैट इज शो द स्टार्ट मेन्यू स्टार्ट मेन्यू नु शो करदा है केडा दैट इज अपने कोले कंट्रोल एस्केप ਨੈਕਸਟ ਵਿਚ ਐਟ ਦਾ ਫੋਲੋਇੰਗ ਫਾਸਟੈਸਟ ਮੈਮਰੀ ਹਾਂਜੀ ਫਾਸਟੈਸਟ ਮੈਮਰੀ ਕਿਹੜੀ ਹੈ ਬੱਚੋ ਇਹਨਾਂ ਚੋਂ ਫਾਸਟੈਸਟ ਮੈਮਰੀ ਕਿਹੜੀ ਹੈ ਪੂਜਾ ਬੱਚੇ ਕੀ ਪੁੱਛ ਰਹੀ ਸੀ ਦੁਬਾਰਾ ਪੁੱਛੋ ਪੂਜਾ ਬੱਚੇ ਕੀ ਪੁੱਛ ਰਹੀ ਸੀ ਦੁਬਾਰਾ ਪੁੱਛੋ ਸੱਸਰੀ ਕੱਲ ਸਰ ਜੀ ਸੋਰੀ ਲੇਟ ਹੋ ਗਏ ਜੀ ਬਿਲਕੁਲ ਬੱਚੋ ਲੇਟ ਹੋ ਗਈ ਲੇਟ ਹੋ ਗਏ ਤੁਸੀਂ हाँ जी फास्टेस्ट मेमोरी केड़ी बच्चों, बोचो विच वन इज़ द फास्टेस्ट मेमोरी, बिल्कुल फास्टेस्ट मेमोरी के लिए बच्चों, दैट इज़ रजिस्टर्स ने किने बच्चों, दैट इज़ रजिस्टर्स ने रजिस्टर अपने किने दे बच्चों फास्टेस्ट मेमोरी ने बिल्कुल रजिस्टर किने परे बच्चों, दैट आर द फास्टेस्ट मेमोरी ने ਹਾਂਜੀ ਬਿਲਕੁਲ ਰਜਿਸਟਰ ਇਸ ਦਾ ਟਾਈਪ ਆਫ ਕੰਪਿਊਟਰ ਮੈਮਰੀ ਯੂਜ਼ ਟੂ ਕਿਕਲੀ ਅਕਸੈਪਟ ਸਟੋਰ ਐਂਡ ਟ੍ਰਾਂਸਫਰ ਦਾ ਡਾਟਾ ਐਂਡ ਇਨਸਟਰਕਸ਼ਨ ਥੈਟ ਆਰ ਬੀਂਗ ਇਮੀਡੀਏਟਲੀ ਯੂਜ਼ਡ ਬਾਈ ਸੀਪੀਯੂ ਬਿਲਕੁਲ ਜਿਹੜੀਆਂ ਇਨਸਟਰਕਸ਼ਨਸ ਡਾਟਾ ਸੀਪੀਯੂ ਇਮੀਡੀਏਟਲੀ ਯੂਜ਼ ਕਰਦਾ ਬੱਚੋ ਤਾਂ ਉਹਨੂੰ ਕੀ ਕਹਿੰਦੇ ਨੇ ਥੈਟ ਆਰ ਦਾ ਰਜਿਸਟਰਸ ਕਹਿੰਦੇ ਨੇ ਡੈਸ਼ ਇਸ ਦਾ ਪ੍ਰੋਸੈਸ ਆਫ ਸਰਚਿੰਗ ਬੱਗਸ ਇਨ ਅ ਸੌਫਟਵੇਅਰ ਹਾਂਜੀ ਸੌਫਟਵੇਅਰ ਦੇ ਵਿੱਚ ਬੱਗਸ ਨੂੰ ਸਰਚ ਕਰਨ ਦੇ ਪ੍ਰੋਸੈਸ ਨੂੰ ਕੀ ਕਹਿੰਦੇ ਨੇ बिल्कुल तब बच्चों की है डैश इज ए प्रोसेस ऑफ कलर की स्टेट जब पो, पोस्ट ओपन हो गया हो गया बच्चों अगले थोड़े टाइम तक ओपन हो गया हो गया कलर्क दे भी हो गया ते अपने कोले पटवारी दे भी हो गया बस थोड़ा जा थोड़ा सबर रखो है ना हो गया तो उसी अप्लाई करना सबने ने सर तुम संगरूर तो हो बिल्कुल बच्चों संगरूर तो मैं भी कहते साडा नहीं कसूर सा जिला संगरूर है हाँ तो बचो कि सॉफ्टवेयर जो बग सर्च करता बिल्कुल कि बच्चों कि सॉफ्टवेयर है कि करता है जो बग सर्च करता है बिल्कुल बग सर्च करने यूज़ करते हैं बच्चों दैट इज़ ए डिबगिंग का यूज़ करते हैं कि प्रोसैस का यूज़ किया जाता बचो डिबिंग का यूज़ किया जाता है बिल्कुल डिबगिंग की है प्रोसैस बचो जो रिमूव करता है ਬਿਲਕੁਲ ਡੀਬੱਗਿੰਗ ਇਜ਼ ਅ ਪ੍ਰੋਸੈਸ ਆਫ ਫਾਈਂਡਿੰਗ ਐਂਡ ਫਿਕਸਿੰਗ ਦਾ ਐਰਰ ਬੱਗਸ ਇਨ ਦਾ ਸੋਰਸ ਕੋਡ ਬਿਲਕੁਲ ਜਿਹੜਾ ਐਰਰ ਬੱਗਸ ਨੂੰ ਰਿਮੂਵ ਕਰਦਾ ਬੱਚੋ ਦੈਟ ਇਜ਼ ਅ ਡੀਬੱਗਿੰਗ ਥੈਂਕ ਯੂ ਸਰ ਬੱਚੇ ਡੀਬੱਗਿੰਗ ਕੀ ਹੁੰਦਾ ਹੈ ਕੰਪਿਊਟਰ ਜਦੋਂ ਬਣਾਣੇ ਆ ਸੋਰੀ ਸੌਫਟਵੇਅਰ ਜਦੋਂ ਬਣਾਣੇ ਆ ਹੈਨਾ ਸੌਫਟਵੇਅਰ ਬਣਾਣੇ ਆ ਤਾਂ ਬੱਚੋ ਕੀ ਹੈ ਜਦੋਂ ਕੋਈ ਨਾ ਕੋਈ 에ਰਰ ਆ ਜਾਂਦਾ ਉਹ ਚ ਕੋਈ ਨਾ ਕੋਈ 에ਰਰ ਆ ਜਾਂਦਾ ਤਾਂ ਬੱਚੇ ਉਹਨੂੰ ਕੀ ਕਹਿੰਦੇ ਨੇ ਥੈਟ ਇਜ਼ ਅ ਡਿਬੱਗ ਕਹਿੰਦੇ ਨੇ ਮਹੀਪ ਬੱਚੇ ਗੱਲਾ ਖਰਾਬ ਹੈ ਹੈਨਾ ਇੰਨੇ ਨਾਲੇ ਸਾਰਨਾਪੂ ਵੱਜਦਾ ਗਲਾ ਖਰਾਬ ਹੈ ਹੈਨਾ ਤੇ ਫੀਵਰ ਵੀ ਹੋ ਰਿਹਾ ਹੈ ਬਸ ਇੱਕ ਮੈਂ ਕਲਾਸ ਕੈਨਸਲ ਨਿਕرائی ਹਿੰਮਤ ਹੈ ਨਹੀਂ ਸੀ ਬਿਲਕੁਲ ਹਾਂਜੀ ਵਿਚਵਨ ਇਜ਼ ਲੂਪਬੈਕ ਐਡਰੈਸ ਹਾਂਜੀ ਲੂਪਬੈਕ ਐਡਰੈਸ ਕਿਹੜਾ ਇਨਚੋ ਲੂਪਬੈਕ ਐਡਰੈਸ ਡੀਬੱਗਿੰਗ ਕੀਏ ਬੱਚੋ 에ਰਰ ਨੂੰ ਰਿਮੂਵ ਕਰਨ ਲਈ ਯੂਜ਼ ਕੀਤਾ ਹੈ ਬਿਲਕੁਲ 에ਰਰ ਫਾਈਂਡ ਆਊਟ ਕਰਦੇ ਆਪਾਂ ਤੇ ਉਹਦੇ ਵਾਸਤੇ हां जी बच्चो बच्चो तो बच्चों व्हिच वन इज द लूपबैक आईपी एड्रेस त लूपबैक आईपी एड्रेस केडा है बच्चों ਤੁਸੀਂ ਐਨੇ ਪੁਰਾਣੇ ਬੱਚੇ ਹੋਗੇ ਹੈਨਾ ਹੁਣ ਤਾਂ ਜੇ ਮੈਂ ਨਾ ਵੀ ਬੋਲਾਂ ਨਾ ਤੁਸੀਂ ਮੇਰੇ ਫਿਰ ਵੀ ਬੋਲ ਸਮਝ ਲਓ ਵੀ ਸਰ ਕੀ ਬੋਲਣਾ ਚਾ ਰਹੇ ਨੇ ਹੈਨਾ ਤੁਸੀਂ ਐਨੇ ਇਮਪ੍ਰੈਸ਼ਨ ਤੋਂ ਵੀ ਸਮਝ ਲਓ ਐਕਸਪ੍ਰੈਸ਼ਨ ਤੋਂ ਵੀ ਸਰ ਵਟ ਦੇ सैड है नह रहे इन्ने तो पुराने बच्चे हो गए तो बच्चों अपने को है दट इज लू बैक अडरैस कि है तो बिल्कुल बच्चों लू बैक आई पी एड्रैस कि अपने को दैट इज वन टू सैवन डॉट जीरो डॉट जीरो डॉट वन तो आऊगा बच्चो ए आऊगा है ना बिल्कुल ये आऊगा बच्चों दट इज लूबैक एड्रैस है लूबैक आई पी एडरैस कहदे वासी होंगे बच्चों दट इज नैटवर्क टैसटिंग यूज़ करते हैं कहदे यूज करते हैं पहले बच्चो इट इज़ यूजड फॉर नैटवर्क टैसटिंग जो अपने नैटवर्क न टैसट करना बच्चों तो अपना लूबैक आई पी एड्रैस का यूज़ करते हाँ तो बचो बैक एड्रेस हैज़ बीन बिल्ट इन द आई पी डोमेन सिस्टम इन द ऑर्डर टू तो अलाउ द डिवाइस टू सेंड और रिसीव इट्स ऑन डेटा पैकेट बिल्कुल जो है कि है लू बैक आई पी एड्रैस अपने अपन डेटा सेंड कर लेंगे ने <coughs> ज्योति संधु जी बिल्कुल बच्चे ठीक समझा तो नैक्सट बच्चो डैश लैंग्एज इज यूज टू क्रिएट ए मैक्रोज बिल्कुल कि लैंग्वेज जीडी मैक्रो क्रिएट करने वरती जाती है ਬਿਲਕੁਲ ਬੱਚੋ ਕੀ ਕਹਿੰਦੇ ਕੇਡੀ ਲੈਂਗੁਏਜ ਆ ਬੱਚੋ ਜਿਹੜੀ ਕਾਦੇ ਵਾਸਤੇ ਯੂਜ਼ ਕਰਦੇ ਆ ਮੈਕਰੋਜ਼ ਕ੍ਰੀਏਟ ਕਰਨ ਲਈ ਯੂਜ਼ ਕਰਦੇ ਆ ਕਹਿੰਦੇ ਪਾਸ਼ਾ ਦੀ ਵਰਤੋਂ ਐਕਸਲ ਵਿੱਚ ਮੈਕਰੋ ਬਣਾਉਣ ਲਈ ਕੀਤੀ ਜਾਂਦੀ ਹੈ ਸੀ ਪਲੱਸ ਪਲੱਸ ਸੀ ਵਿਜ਼ੂਅਲ ਸੀ ਪਲੱਸ ਪਲੱਸ ਜਾਵਾ ਜਾਂ ਵਿਜ਼ੂਅਲ ਬੇਸਿਕ ਹਾਂਜੀ ਕਿਹੜੀ ਪਾਛਾ ਦੀ ਬਤੋ ਬੱਚੋ ਐਕਸਲ ਦੇ ਵਿੱਚ ਕੀ ਵਜੂਸ ਕਰਨ ਲਈ ਕੀਤੀ ਜਾਂਦੀ ਹੈ ਮੈਕਰੋਸ ਕ੍ਰੀਏਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਬਿਲਕੁਲ ਜਿਹੜੇ ਮੈਕਰੋਸ ਬੰਦੇ ਨੇ ਬੱਚੋ ਦੈਟ ਇਜ਼ ਅ ਵਿਜ਼ੂਅਲ ਬੇਸਿਕ ਨਾਲ ਬੰਦੇ ਨੇ ਬੱਚੋ ਵਿਜ਼ੂਅਲ ਬੇਸਿਕ ਨਾਲ ਬੰਦੇ ਨੇ ਤਾਂ ਕੀ ਹੋਊਗੀ ਬੱਚੋ ਦੈਟ ਇਜ਼ ਅ ਈ ਆਂਸਰ ਆਊਗਾ ਨੈਕਸਟ ਬੱਚੋ ਪਰਸਨਲ ਹੂ ਡਿਜ਼ਾਈਨ ਕੰਪਿਊਟਰ ਆਪਰੇਟ ਐਂਡ ਮੇਨਟੇਨਿੰਗ ਕੰਪਿਊਟਰ ਇਕਵਿਪਮੈਂਟ ਰੈਫਰਸ ਟੂ ਕਹਿੰਦੇ ਉਹ ਕਰਮਚਾਰੀ ਹੈਨਾ ਉਹ ਕਰਮਚਾਰੀ ਜੋ ਕੰਪਿਊਟਰ ਉਪਕਰਨਾਂ ਨੂੰ ਡਿਜ਼ਾਈਨ ਕਰਦੇ ਹਨ ਪ੍ਰੋਗਰਾਮ ਕਰਦੇ ਹਨ ਸੰਚਾਲਿਤ ਕਰਦੇ ਹਨ ਤੇ ਰੱਖ-ਰਖਾਵ ਕਰਦੇ ਹਨ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਰਮਚਾਰੀ ਜਿਹੜੇ ਕੀ ਕਰਦੇ ਨੇ ਬੱਚੋ ਕੰਪਿਊਟਰ ਨੂੰ ਡਿਜ਼ਾਈਨ ਪ੍ਰੋਗਰਾਮ ਆਪਰੇਟ ਐਂਡ ਮੇਨਟੇਨ ਕਰਦੇ ਨੇ ਕੰਪਿਊਟਰ ਇਕਵਿਪਮੈਂਟ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਸਰ ਮਾਈਕੂ ਸ਼ੂ ਸ਼ੂ ਕਰੀ ਜਾਂਦਾ ਜੀ ਚਰਚਰ ਹੋ ਜਾਂਦਾ ਕਾ ਤੋ ਬਈ ਚਰਚਰ ਕਿਉ ਕਰੀਏ ਨਾ ਭਰਾਵਾ ਚਲ ਉਹਨੇ ਨੂੰ ਕਹਿਤਾ ਹੁਣ ਨਹੀਂ ਕਰਦਾ ਏ ਹੁਣ ਦੱਸਿਓ ਜੇ ਇਹਨੇ ਹੁਣ ਕਰਿਆ ਚਰਚਰ ਨਹੀਂ ਕਰਨਾ ਚਲ ਹਾਂਜੀ ਹੁਣ ਦੱਸਿਓ ਜੇ ਹੁਣ ਇਹਨੇ ਚਰਚਰ ਕਰਿਆ ਹੈ ਨਾ ਕਹਿੰਦੇ ਉਹ ਉਹ ਕਰਮਚਾਰੀ ਜੋ ਕੰਪਿਊਟਰ ਕਰਨਾ ਨੂੰ ਡਿਜ਼ਾਈਨ ਕਰਦੇ ਹਨ ਪ੍ਰੋਗਰਾਮ ਕਰਦੇ ਨੇ ਸੰਚਾਲਿਤ ਕਰਦੇ ਹੰਤੇ ਰੱਖ-ਰਖਾਵ ਕਰਦੇ ਹਨ ਤੁਹਾਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਪੀਪਲ ਵੇਅਰ ਕਹਿੰਦੇ ਨੇ ਕੀ ਕਹਿੰਦੇ ਨੇ ਬੱਚੋ ਇਟ ਇਜ਼ ਅ ਪੀਪਲ ਵੇਅਰ ਕਹਿੰਦੇ ਨੇ ਬਿਲਕੁਲ ਜਿਹੜੇ ਕੀ ਕਹਿੰਦੇ ਨੇ ਬੱਚੋ ਜਿਹੜੇ ਕੰਪਿਊਟਰ ਦੇ ਪ੍ਰੋਗਰਾਮ ਨੂੰ ਆਪਰੇਟ ਕਰਦੇ ਨੇ ਮੇਨਟੇਨ ਕਰਦੇ ਨੇ ਤੇ ਉਹ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਬੱਚੋ देयर इज ਅ ਪੀਪਲ ਵੇਅਰ ਕਹਿੰਦੇ ਆ ਪੀਪਲ ਵੇਅਰ ਰੈਫਰਸ ਟੂ ਐਨੀਥਿੰਗ ਥੈਟ ਹੈਜ਼ ਟੂ ਡੂ ਵਿਦ ਦਾ ਪੀਪਲ ਇਨ ਦਾ ਡਿਵੈਲਪਮੈਂਟ অর ਯੂਜ਼ ਆਫ ਦਾ ਕੰਪਿਊਟਰ ਸੌਫਟਵੇਅਰ ਐਂਡ ਹਾਰਡਵੇਅਰ ਬਿਲਕੁਲ ਪੀਪਲ ਵੇਅਰ ਹੁੰਦੇ ਨੇ ਜਿਹੜੇ ਡਿਵੈਲਪਮੈਂਟ ਕਰਦੇ ਨੇ ਆਪਰੇਟ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ ਪੀਪਲ ਵੇਅਰ ਕਹਿੰਦੇ ਆ ਦਾ ਸ਼ਾਰਟਕਟ ਕੀ ਟੂ ਸਰਚ ਫੋਰ ਅ ਫਾਈਲ অর ਫੋਲਡਰ ਇਜ਼ ਹੁਣ ਤਾਂ ਨਹੀਂ ਕਰਦਾ ਚਰਚਰ ਹਾਂਜੀ ਹੁਣ ਤਾਂ ਨਹੀਂ ਕਰਦਾ ਚਰਚਰ ਹਾਂਜੀ ਸ਼ਾਰਟਕਟ ਕੀ ਟੂ ਸਰਚ ਫਾਈਲ অর ਫੋਲਡਰ ਇਜ਼ ਕਿਸੇ ਫਾਈਲ ਜਾਂ ਫੋਲਡਰ ਨੂੰ ਖੋਜਣ ਲਈ ਕਿਹੜੀ ਸ਼ਾਰਟਕਟ ਕੀ ਯੂਜ਼ ਕੀਤੀ ਜਾਂਦੀ ਹੈ ਵਾਹ ਇੱਕ ਦਾ ਚੀਜ਼ ਪਤਾ ਲੱਗੀ ਇੱਕ ਦਾ ਚੀਜ਼ ਪਤਾ ਲੱਗੀ ये सारे कॉपी पेस्ट कर देने एकदा चीज पता लगी सारे कॉपी पेस्ट कर देने कोई नहीं अपने दिमाग नाल आंसर द인다 ਨਾ ਤਾਂ ਬੱਚੋ f3 ਆਊਗਾ ਕੀ ਆਊਗਾ ਦੈਟ ਇਜ਼ f3 ਆਊਗਾ f3 ਕਰ ਕੀ ਕਰਦਾ ਬੱਚੋ ਦੈਟ ਇਜ਼ ਸਰਚ ਕਰਦਾ f3 ਕੀ ਕਰਦਾ ਬੱਚੋ ਦੈਟ ਇਜ਼ ਸਰਚ ਕਰਦਾ ਹੈ ਨਾ ਬਿਲਕੁਲ f1 ਕਾਦੇ ਲਈ ਹੈਲਪ ਲਈ f2 ਰੀਨੇਮ ਲਈ f3 ਸਰਚ ਲਈ f7 ਸਪੈਲਿੰਗ ਐਂਡ ਗ੍ਰਾਮਰ ਚੈੱਕ ਲਈ ਸਪੈਲਿੰਗ ਐਂਡ ਗ੍ਰਾਮਰ ਚੈੱਕ ਲਈ ਕੀ ਕਰਦੇ ਆ f7 ਦਾ ਯੂਜ਼ ਕਰਦੇ ਆ ਹਾਂਜੀ ਬਿਲਕੁਲ ਸਭ ਬੱਚੇ ਜਿੰਨੇ ਵੀ ਆ ਕਾਪੀ ਪੇਸਟ ਕਰਦੇ ਨੇ ਕਿਸੇ ਨੂੰ ਕੁਝ ਨਹੀਂ ਆਂਦਾ ਕੰਪਿਊਟਰ ਦਾ F1 हेल्प डिस्प्ले ਕਰਦਾ ਬੱਚੋ F2 ਕਰਦਾ ਹੈ ਚੇਂਜ ਦਾ ਸਪੈਸਿਫਿਕ ਫਾਈਲ ਐਂਡ ਫੋਲਡਰ F3 ਸਰਚ ਕਰਦਾ ਹੈ F5 ਰੀਫਰੈਸ਼ ਕਰਦਾ ਹੈ F7 ਸਪੈਲਿੰਗ ਐਂਡ ਗ੍ਰਾਮਰ ਚੈੱਕ ਕਰਦਾ ਹੈ ਬੱਚੋ ਜੇ ਤੁਸੀਂ ਕਿਸੇ ਦਾ ਕਾਪੀ ਪੇਸਟ ਕਰਦੇ ਹੋ ਕਲਾਸ ਦੇ ਵਿੱਚ ਉਹਰੇ ਦਾ ਕਾਪੀ ਪੇਸਟ ਕਰ ਲਿਓ ਨਾ ਪੇਪਰ 'ਚ ਜਾ ਕੇ ਕੁਝ ਨਹੀਂ ਕਾਪੀ ਪੇਸਟ ਹੁੰਦਾ ਮੈਂ ਕਿਸੇ ਇੱਕ ਪੇਪਰ ਤੇ ਬਾਗਿਆ ਪੇਪਰ ਦੇਣ ਮੈਨੂੰ ਧਿਆਨ ਨਹੀਂ ਪੇਪਰ ਕਿਹੜਾ ਸੀ ਹੈਨਾ ਤੇ ਧਿਆਨ ਨਹੀਂ ਪੇਪਰ ਕਿਹੜਾ ਸੀ ਮੈਂ ਬੈਗ ਗਿਆ ਪੇਪਰ ਦੇ ਨਾ ਤਾਂ ਮੇਰ ਤੋਂ ਹੀ ਪੜਿਆ ਹੋਇਆ ਸਟੂਡੈਂਟ ਪਤੰਦਰ ਕੰਪਿਊਟਰ ਦੇ ਸੋਖੇ ਸੋਖੇ ਕੁਐਸਚਨ ਨਾ ਮੈਂ ਕਹਿਆ ਦੋਸਤ ਯਾਰ ਮੇਰੀ ਬੇਇੱਜ਼ਤੀ ਕਰਾਤੀ ਮੈਂ ਬੈਠਾ ਜੀ ਕੁਦਰਤੀ ਪੇਪਰ ਦੇ ਵਿੱਚ ਹੈਨਾ ਮੇਰ ਤੋਂ ਹੀ ਪੁੱਛੀ ਜਾਂਦੇ ਸਰ ਇਹਦਾ ਕੀ ਆਨਸਰ ਆਊਗਾ ਵੀ ਪਤੰਦਰਾ ਕਲਾਸ ਦੇ ਵਿੱਚ ਤਾਂ ਪੜਾਇਆ ਹੋਇਆ ਨਾਲ ਤੋਂ ਕੰਨਾ ਮੇਰੇ ਮੇਰੇ ਸਾਰੀਆਂ ਕਲਾਸ ਲਾਈ ਨੇ ਕੁਐਸਚਨ ਫਿਰ ਨਹੀਂ ਆਉਂਦੇ ਤੈਨੂੰ ਹੈਨਾ ਚਲੋ ਮੈਂ ਉਹਨੂੰ ਕਰਾਤਾ ਬਡੇ ਪੰਜ ਚਾਰ ਜਿਹੜੇ ਆਲੇ ਦੁਆਲੇ ਬੈਠੇ ਸੀ ਤੇ ਮੈਨੂੰ ਉਹਨਾਂ ਨੂੰ ਕਰਾਤਾ ਪੇਪਰ ਆ ਮੈਨੂੰ ਮੈਡਮ ਕਹਿੰਦੀ ਕਹ ਮੈਂ ਕਿਹਾ ਮੈਡਮ ਬੋਲਦਾ ਤਾਂ ਮੇਰੀ ਮਜਬੂਰੀ ਹੈ ਕਹਿੰਦੀ ਕੀ ਮਜਬੂਰੀ ਹੈ ਮੈਂ ਕਿਹਾ ਜਿਹੜੇ ਤੇਰੇ ਸੈਂਟਰ ਚ ਬੱਚੇ ਬੈਠੇ ਨੇ ਨਾ ਸਾਰੇ ਮੇਰੇ ਸਟੂਡੈਂਟ ਨੇ ਹੈਨਾ ਕਹਿੰਦੀ ਸਰ ਤੁਹਾਡੇ ਸਟੂਡੈਂਟ ਨੇ ਫਿਰ ਉਹਨ ਇੱਕ ਦੋ ਬੱਚੇ ਤੋਂ ਜਾ ਕੇ ਪੁੱਛਿਆ ਫਿਰ ਉਹ ਵੀ ਸਰ ਸਰ ਜੇ ਕਰਨ ਲੱਗੀ ਉਹਨੂੰ ਐਸ ਵੀ ਕਿਤੇ ਨਕਲ ਮਾਰਦਾ ਇਹ ਹਾਂਜੀ ਤਾਂ ਬੱਚੋ ਦਾ ਕਲਰ ਆਫ ਐਨ ਆਬਜੈਕਟ ਇਜ਼ ਐਨ ਐਗਜ਼ਾਮਪਲ ਆਫ ਹਾਂਜੀ ਜਿਹੜਾ ਕਲਰ ਹੈ ਬੱਚੋ ਤਾਂ ਬੱਚੋ ਇਹ ਕੀ ਹੈ ਕਿ ਕਿਸ ਦੀ ਐਗਜ਼ਾਮਪਲ ਹੈ ਬਿਲਕੁਲ ਕਲਰ ਹੈ ਕਿਸ ਦੀ ਉਦਾਹਰਨ ਹੈ ਬੱਚੋ ਹੈਨਾ ਤਾਂ ਬੱਚੋ ਕੀ ਹੈ ਐਟਰੀਬਿਊਟ ਡਿਟੇਲ ਲਿਸਟਿੰਗ ਜਾਂ ਸਪੈਸੀਫਿਕੇਸ਼ਨ ਹਾਂਜੀ ਤਾਂ ਬੱਚੋ ਕੀ ਹੈ ਦਾ ਕਲਰ ਆਫ ਐਨ ਆਬਜੈਕਟ ਇਜ਼ ਐਨ ਐਗਜ਼ਾਮਪਲ ਆਫ ਦਾ ਕਲਰ ਹੈ ਬੱਚੋ ਇਹ ਕਿਸ ਚੀਜ਼ ਦੀ ਐਗਜ਼ਾਮਪਲ ਹੈ ਮਹੀਪ ਬੱਚੇ ਸਚਾਈ ਹੈ ਇਹ ਮਹੀਪ ਸਚਾਈ ਹੈ ਮੈਂ ਤੁਹਾਨੂੰ ਪੇਪਰ ਵੀ ਦੱਸਦੀ ਨਾ ਪਟਵਾਰੀ ਦਾ ਪੇਪਰ ਸੀ ਮੇਰਾ लवली ਯੂਨੀਵਰਸਿਟੀ ਸੱਤ ਪਟਵਾਰੀ ਦਾ ਦੇਣ ਗਿਆ ਸੀ ਹੈਨਾ ਪਟਵਾਰੀ ਦਾ ਦੇਨ ਗਿਆ ਸੀ ਸ਼ਦ ਬਿਲਕੁਲ ਬੱਚੋ ਜਿਹੜੇ ਮੇਰੇ ਪੜ੍ਹੇ ਹੋ ਸਟੂਡੈਂਟ ਆ ਮੈਂ ਕਹਾ ਪਤੰਦਰੋ ਕੀ ਕਾਦੀਏ ਕਲਾਸਾਂ ਲੈਣ ਤੁਸੀਂ ਆਂਦਾ ਤਾਂ ਹੈ ਨਹੀਂ ਹੈਨਾ ਪਟਵਾਰੀ ਦਾ ਪੇਪਰ ਸੀ ਲਵਲੀ ਯੂਨੀਵਰਸਿਟੀ ਦੇ ਵਿੱਚ ਹਾਂਜੀ ਤਾਂ ਬੱਚੋ ਕਲਰ ਆਫ ਅਨ ਆਬਜੈਕਟ ਇਜ਼ ਸਪੈਸੀਫਿਕੇਸ਼ਨ ਆਫ ਤਾਂ ਬੱਚੋ ਕੀ ਅੰਦਰ दैट ਇਜ਼ ਐਟਰੀਬਿਊਟਸ ਕਹਿੰਦੇ ਨੇ ਕੀ ਕਹਿੰਦੇ ਨੇ ਬੱਚੋ ਐਟਰੀਬਿਊਟਸ ਹਾਂਜੀ ਐਨ ਐਟਰੀਬਿਊਟ ਇਜ਼ ਅ ਕੁਆਲਿਟੀ ਕੈਰੈਕਟਰ ਐਂਡ ਕੈਰੈਕਟਰਸ ਕਿ ਕਿਸਫ ਟੂ ਸਮਨ ਐਂਡ ਸਮਥਿੰਗ ਬਿਲਕੁਲ ਜਿਹੜਾ ਕੈਰੈਕਟਰਸ ਕਿਸ ਨੂੰ ਡਿਫਾਈਨ ਕਰਦਾ ਕਿਸੇ ਦੀ ਤੁਹਾਨੂੰ ਕੀ ਕਹਿੰਦੇ ਨੇ ਬੱਚੋ ਦੈਟ ਇਜ਼ ਐਟਰੀਬਿਊਟ ਕਹਿੰਦੇ ਨੇ ਸ਼ਿਫਟ ਇਜ਼ ਅ ਵਿਚ ਟਾਈਪ ਆਫ ਕੀ ਇਨ ਕੀਬੋਰਡ ਸ਼ਿਫਟ ਕਿਹੜੀ ਟਾਈਪ ਦੀ ਕੀ ਹੈ ਬੱਚੋ ਕੀਬੋਰਡ ਚ ਜਿਹੜੀ ਮੈਂ ਕਲਾਸ ਦੇ ਵਿੱਚ ਗੱਲ ਕਹਿੰਦਾ ਹੁੰਦਾ ਹੁੰਨਾ ਨਾ ਮੈਂ ਕੋਈ ਐਮ ਨਹੀਂ ਕਹਿੰਦਾ ਹੁੰਦਾ ਵੀ ਜਿਹੜੀ ਹਵਾ ਚਾਪੀ ਬਣਾਤੀ ਹੈ ਨਾ ਵੀ ਐਵੇਂ ਕੋਈ ਔਰਤੋਂ ਗੱਲ ਆਂਦੀ ਸੀ ਫੜ ਕੇ ਮੈਂ ਤੁਹਾਨੂੰ ਦੱਸਦੀ ਵੀ ਆ ਗਈ ਗੱਲ ਹੋਈ ਫੜ ਕੇ ਦੱਸਦੀ ਤੁਹਾਨੂੰ ਸਾਰਾ ਐਕਸਪੀਰੀਅੰਸ ਦੱਸਦਾ ਹੁੰਨਾ ਹੈ ਨਾ ਬਿਲਕੁਲ ਉਹ ਵੀ ਕੰਪਿਊਟਰ ਨਹੀਂ ਆਂਦਾ ਸੀ ਯਾਰ ਉਹ ਵੀ ਬੱਚੇ ਕਹਿੰਦੇ ਸਰ ਦੱਸ ਦੋ ਕੀ ਹੁੰਦਾ ਮੈਂ ਤਾਂ ਪਹਿਲਾਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਪਤੰਦਰੋਂ ਤੁਸੀਂ ਡਬਾਉਂਗੇ ਮੇਰਾ ਨਾਮ ਹੈ ਨਾ ਨਾਲ ਕਹਿੰਦੇ ਹੋ ਕਲਾਸਾਂ ਲਾਂਦੇ ਆ ਸ਼ਿਫਟ ਇਸ ਦੇ ਵਿੱਚ ਟਾਈਪ ਆਫ ਕੀਬੋਰਡ ਇਨ ਕੀ ਦਾ ਸ਼ਿਫਟ ਕਿਹੜੀ ਟਾਈਪ ਦੀ ਕੀ ਹੈ ਬੱਚੋ ਥੈਟ ਇਜ਼ ਟੋਗਲ ਕੀ ਮੋਡੀਫਾਇਰ ਕੀ ਨੰਮੈਰਿਕ ਕੀ ਜਾਂ ਆਪਣੇ ਕੋਲੇ ਅਲਫਾਨਮੈਰਿਕ ਕੀ ਸ਼ਿਫਟ ਕਿਹੜੀ ਟਾਈਪ ਦੀ ਕੀ ਹੈ ਬੱਚੋ ਥੈਟ ਇਜ਼ ਆਪਣੇ ਕੋਲੇ ਮੋਡੀਫਾਈਰ ਕੀ ਜਾਂਦੀ ਹੈ ਹੈਨਾ ਬਿਲਕੁਲ ਉਹਨਾਂ ਕੀ ਕਹਿੰਦੇ ਮੋਡੀਫਾਈਰ ਕੀਤਾ ਐਚ ਐਸ ਸੁਖਜੀ ਕਹਿੰਦੇ ਪੇਪਰ ਕਲੀਅਰ ਸੀ ਛੋਡਾ ਪਟਵਾਰੀ ਦਾ ਮੈਂ ਪੇਪਰ ਥੋੜਾ ਦੇਣ ਗਿਆ ਸੀ ਮੈਂ ਤਾਂ ਇੱਕ ਜਸਟ ਇੰਜੋਏ ਕਰਨ ਗਿਆ ਸੀ ਉੱਥੇ ਹੈਨਾ ਪੇਪਰ ਦੇਣਦੇ ਹੁੰਦੇ ਤਾਂ ਪੇਪਰ ਤਾਂ ਕਲੀਅਰ ਕਰਨਾ ਨਹੀਂ ਐ ਤਾਂ ਜਸਟ ਇੱਕ ਬੱਚਾ ਨੂੰ ਕਰਾਤਾ ਆਪ ਗੱਲਾਂ ਬਾਤਾਂ ਮਾਰ ਲੀਆਂ ਜਸਟ ਇੱਕ ਮਾਹੌਲ ਦੇਖਣ ਗਿਆ ਸੀ ਪੇਪਰ ਸੈਂਟਰ ਦਾ ਕੀ ਹੁੰਦਾ ਹੈ ਪੇਪਰ ਕਲੀਅਰ ਕਰਕੇ ਕੀ ਕਰਨਾ ਬੱਚੋ ਹਾਂਜੀ ਤਾਂ ਕੰਟਰੋਲ ਆਲਟ ਸ਼ਿਫਟ ਮੋਡੀਫਾਈਰ ਕੀਜ਼ ਨੇ ਜੇ ਮੈਂ ਪੇਪਰ ਕਰ ਲਿਆ ਤਾਂ ਉਹ ਇੱਕ ਕਲਾਸ ਕੋਣ ਲਾਊਗਾ ਰਾਤ ਨੂੰ 10:00 ਦਾਸਵਜੇ ਕੋਨ ਲਾਊਗਾ ਕਲਾਸ ਹਾਂਜੀ ਤਾਂ ਬੱਚੋ ਕੰਟਰੋਲ ਆਲਟ ਸ਼ਿਫਟ ਕੀ ਨੇ ਬੱਚੋ ਦੈਟ ਇਜ਼ ਦਾ ਮੋਡੀਫਾਇਰ ਕੀਜ਼ ਨੇ ਔਨ ਵਿਚ ਆਫ ਦਾ ਫੋਲੋਇੰਗ ਮਾਡਲ ਡਸ ਬਲੂਟੂਥ ਡਿਵਾਈਸ ਡਿਪੈਂਡ ਹੈ ਨਾ ਤਾਂ ਬਿਲਕੁਲ ਬਲੂਟੂਥ ਯੰਤਰ ਵਿੱਚ ਕਿਹਸ ਮਾਡਲ ਤੇ ਨਿਰਭਰ ਕਰਦਾ ਹੈ ਬਲੂਟੂਥ ਯੰਤਰ ਵਿੱਚ ਕਿਹੜਾ ਮਾਡਲ ਕਿਸ ਤੇ ਨਿਰਭਰ ਕਰਦਾ ਹੈ ਮੈਨੂੰ ਐਵੇਂ ਦੀ ਧਿਆਨ ਹੈਗਾ ਮੇਰੇ ਮੈਨੂੰ ਨਾਮ ਤਾਂ ਧਿਆਨ ਨਹੀਂ ਹੈਗੇ ਕਿਬ ਤੱਕ ਕਲਾਸ ਵੀ ਲਾਈ ਜਾਂਦਾ ਹੋਵੇ ਕੋਈ ਨਾ ਕੋਈ ਬੋਲਿਆ ਨਹੀਂ ਹੈਗਾ ਡਰਦਾ ਮਾਰਾ ਵੀ ਕਾ ਨੂੰ ਚੱਲ ਬੇਸਤੀ ਕਰਾਨੀਆਂ ਹੈ ਨਾ ਇੱਕ ਅੱਧਾ ਬੱਚਾ ਜਿਹੜਾ ਮੇਰੇ ਨਾਲ ਬੈਠਾ ਹੂਗਾ ਕਲਾਸ ਵੀ ਲਾਂਦਾ ਹੋਵੇ ਇੱਕ ਨੇਦਾ ਹੱਦ ਕੱਢਤੀ ਹੈ ਨਾ ਮੈਂ ਇੱਕ ਮੇਰੇ ਪਿੱਛੇ ਬੈਠਾ ਸੀ ਮੈਂ ਕਿਹਾ ਕਾਕਾ ਤਿਆਰੀ ਕਰਦਾ ਕਹਿੰਦਾ ਹਾਂਜੀ ਤਿਆਰੀ ਕਰਦਾ ਕਹਿੰਦਾ ਕਿੱਥੋਂ ਕਰਦਾ ਕਹਿੰਦਾ ਪੰਜਾਬ ਵੱਡਾ ਤੋਂ ਮੈਂ ਕਹਿੰਦਾ ਪੰਜਾਬ ਵੱਡਾ ਤੋਂ ਕਰਦਾ ਮੈਂ ਸੋਚਿਆ ਮੈਂ ਕਿਹ ਪੰਜਾਬ ਵੱਡਾ ਤੋਂ ਕਰਦਾ ਬੰਦਾ ਪਛਾਣਦਾ ਨਹੀਂ ਹੈਗਾ ਹੈ ਨਾ ਤੇ ਵੈਲਪ ਮੇਰੇ ਦੇ ਥੋੜੇ ਦੋ ਕੁ ਮਿੰਟ ਫੇਰ ਦੇਖੀ ਗਿਆ ਉਹ ਵੀ ਦੇਖਿਆ ਤਾਂ ਲੱਗਦਾ ਇਹ ਪਤਾ ਨਹੀਂ ਕਿੱਥੇ ਦੇਖਿਆ ਲੱਗਦਾ ਹੈ ਨਾ ਫਿਰ ਕਹਿੰਦਾ ਸਰ ਤੁਸੀਂ ਹੋ ਮੈਂ ਕਿਹਾ ਹਾਂ ਯਾਰ ਮੈਂ ਹੈ ਨਾ ਵਿਚ ਆਫ ਦਾ ਫੋਲੋਇੰਗ ਮਾਡਲ ਡਸ ਬਲੂਟੂਥ ਡਿਵਾਈਸ ਵਰਕਿੰਗ ਤਾਂ ਬਿਲਕੁਲ ਕਿਹੜਾ ਕਹਿੰਦਾ ਥੈਟ ਇਜ਼ ਅ ਮਾਸਟਰ ਸਲੇਵ ਹੈ ਨਾ ਕੀ ਕਰਦਾ ਬੱਚੋ ਥੈਟ ਇਜ਼ ਅ ਮਾਸਟਰ ਸਲੇਵ ਕਰਦਾ ਬਿਲਕੁਲ ਮਾਸਟਰ ਸਲੇਵ ਜਿਹੜਾ ਬਲੂਟੂਥ ਦਾ ਮਾਡਲ ਹੈ ਕਿਤੇ ਵਰਕਿੰਗ ਕਰਦਾ ਬੱਚੋ ਥੈਟ ਇਜ਼ ਅ ਮਾਸਟਰ ਸਲੇਵ ਤੇ ਬਿਲਕੁਲ ਜੀ ਬਿਲਕੁਲ ਤਾਂ ਬੱਚੋ ਕੀ ਹੈ that is a master slave ਤੇ ਕੰਮ ਕਰਦਾ ਕੋਨ ਬਲੂਟੂਥ ਡਿਵਾਈਸ ਨੈਕਸਟ ਬੱਚੋ ਅਰੇਂਜਿੰਗ ਦਾ ਡਾਟਾ ਇਨ ਅ ਲੋਜੀਕਲ ਸੀਕੁਐਂਸ ਇਜ਼ ਨੋਨ ਐਸ ਹਾਂਜੀ ਤਾਂ ਬੱਚੋ ਕੀ ਹੈ ਇੱਕ ਲੋਜੀਕਲ ਕਰਮ ਵਿੱਚ ਡਾਟਾ ਦੀ ਵਿਵਸਥਾ ਨੂੰ ਕਿਹਾ ਜਾਂਦਾ ਹੈ ਕੀ ਕਹਿੰਦੇ ਨੇ ਬੱਚੋ ਕਲਾਸੀਫਾਈਂਗ ਸਰਚਿੰਗ ਸੋਰਟਿੰਗ ਜਾਂ ਰਿਪਰੋਡਿਊਸਿੰਗ ਹਾਂਜੀ ਬਿਲਕੁਲ ਬੱਚੋ ਕੀ ਕਹਿੰਦਾ ਅਰੇਂਜਿੰਗ ਆਫ ਡਾਟਾ ਇਨ ਅ ਲੌਜੀਕਲ ਸੀਕੁਐਂਸਿਸ ਨੋਨ ਐਸ ਬਿਲਕੁਲ ਹਾਂਜੀ ਅਰੇਂਜਿੰਗ ਆਫ ਡਾਟਾ ਇਨ ਅ ਲੌਜੀਕਲ ਸੀਕੁਐਂਸ ਇਜ਼ ਨੋਨ ਐਸ ਤੁਹਾਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਥੈਟ ਇਜ਼ ਅ ਸੋਰਟਿੰਗ ਕਹਿ ਰਹੇ ਹਾਂ ਉਹਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਥੈਟ ਇਜ਼ ਅ ਸੋਰਟਿੰਗ ਕਹਿ ਰਹੇ ਹਾਂ ਦਾ ਬਿਲਕੁਲ ਇੱਕ ਲੌਜੀਕਲ ਸੀਕੁਐਂਸ ਵਿੱਚ ਬਿਲਕੁਲ ਅਰੇਂਜਡ ਆਰਡਰ ਜਾਂ ਆਪਣੇ ਕੋਲੇ ਜਿਹੜਾ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ ਹੈ ਨਾ ਬਿਲਕੁਲ ਜੀ ਅਸੈਂਡਿੰਗ ਆਰਡਰ ਤੇ ਡਿਸੈਂਡਿੰਗ ਆਰਡਰ ਦੇ ਵਿੱਚ ਡਾਟਾ ਨੂੰ ਅਰੇਂਜ ਕਰਦੇ ਆ ਇਹਨੂੰ ਕੀ ਕਹਿੰਦੇ ਨੇ ਬੱਚੋ ਦੈਟ ਇਜ਼ ਸੋਰਟਿੰਗ ਕਹਿੰਦੇ ਨੇ ਬਿਲਕੁਲ ਸੋਰਟਿੰਗ ਅਸੈਂਡਿੰਗ ਆਰਡਰ ਤੇ ਡਿਸੈਂਡਿੰਗ ਆਰਡਰ ਵਿੱਚ ਅਰੇਂਜ ਕਰਦੇ ਆ ਥੇਰ ਆ ਸੈਵਰਲ ਟਾਈਪ ਆਫ ਸੋਰਟਿੰਗ ਬਿਲਕੁਲ ਹੋਰ ਵੀ ਟਾਈਪਸ ਨੇ ਜਿਵੇਂ ਇਨਸਰਸ਼ਨ ਸੋਰਟ ਬੱਬਲ ਸੋਰਟ ਸਿਲੈਕਸ਼ਨ ਸੋਰਟ ਬਕਲ ਸੋਰਟ ਹੀਪ ਸੋਰਟ ਕੁਕ ਸੋਰਟ ਕਿਰਿਆਨ ਟਾਈਪਸ ਨੇ ਬੱਚੋ ਸੋਰਟਿੰਗ ਦੇ ਟਾਈਪਸ ਨੇ ਇੰਨੀਆਂ ਯਾਦ ਕਰਨ ਦੀ ਲੋਡ ਹੈ ਹਾਂਜੀ ਦਾ ਫਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਕੰਟੇਨਡ ਹਾਂਜੀ ਪਹਿਲੇ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਡੈਸ਼ ਵਿੱਚ ਸ਼ਾਮਿਲ ਸੀ ਹਾਂਜੀ ਫਰਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਕੰਟੇਨਡ ਕੀ ਕੰਟੇਨ ਕਰਦਾ ਸੀ ਇਲੈਕਟ੍ਰੋਨਿਕ ਵੋਲਜ਼ ਨਿਊਰਲ ਨੈਟਵਰਕਸ ਫਜੀ ਲੌਜੀਕ ਜਾਂ ਸੈਮੀ ਕੰਡਕਟਰ ਮੈਮਰੀ ਸਰ ਪੰਜਾਬ ਕਨਸਟੇਬਲ ਦੀ ਪਲੇਲਿਸਟ ਬਣਵਾ ਦਿਓ ਜੀ ਬਣਵਾਉਂਗਾ ਬੱਚੋ ਨਮਾਅ ਸ਼ੁਰੂ ਕਰਦੇ ਆਪਾਂ ਬਹੁਤ ਕਲਾਸਾਂ ਹੋ ਗਈਆਂ ਯਾਰ 87 ਕਲਾਸਾਂ ਲੈ ਲਈਆਂ ਆਪਾਂ ਨੇ ਇਸ ਤੇ ਹੈਨਾ ਨਮਾ ਥੰਬਨੇਲ ਬਣਵਾਉਣੇ ਕਨਸਟੇਬਲ ਵਾਸਤੇ ਨਮੀਆਂ ਸ਼ੁਰੂ ਕਰਦੇ ਆ ਸੀਰੀਜ਼ ਨਮੀ ਸੀਰੀਜ਼ ਸ਼ੁਰੂ ਸ਼ੁਰੂ ਕਰਦੇ ਆ ਹੈਨਾ ਤਾਂ ਬੱਚੋ ਫਰਸਟ ਇਲੈਕਟ੍ਰੋਨਿਕ डिजिटल कंप्यूटर की कंटेन करता है बच्चों इट कॉन्टेनज इलेक्ट्रॉनिक वॉल्स की कंटेन करता है बचो दैट इज इलेक्ट्रॉनिक वॉल्व क्रिएट कंटेन करता है अपने कोले पहला इलेक्ट्रॉनिक बिल्कुल ट्यूब इलेक्ट्रॉनिक ट्यूब या इलेक्ट्रॉनिक वाल्व इज ए डिवाइस जानूपा वैक्यूम ट्यूब भी कह दें की कह दें बचो वैक्यूम ट्यूब भी कह दें तो यह कि डिवाइस कंटेन कर uh, computer, दे अपने को दैट इज़ फस्ट कंप्यूटर जरा फस्ट जनरेशन कंप्यूटर कंटेन करते हैं नेक्स्ट है कंपाइलर इज़ ए कंप्यूटर सिस्टम इज़ कंपाइलर की है बच्चों कंप्यूटर सिस्टम के बिच प्रोग्राम है सिस्टम सॉफ्टवेयर एप्लीकेशन सॉफ्टवेयर है प्रोसेस है ਟਾਪਿਕ ਵਾਈਜ਼ ਐਮਸੀਕਿਊ ਕਰ ਲਓ ਬੱਚੋ ਟਾਪਿਕ ਵਾਈਜ਼ ਸੀਰੀਜ਼ ਮੈਨੇ ਚਲਾਈ ਹੋਈ ਹੈ ਅਗਰ ਤੁਸੀਂ ਮੇਰੀ ਐਸਐਸਸੀ ਅਡਾ 247 ਤੇ ਕਲਾਸਾਂ ਦੇਖੀਆਂ ਨੇ ਤਾਂ ਉੱਥੇ ਟਾਪਿਕ ਵਾਈਜ਼ ਐਮਸੀਕਿਊ ਕਰਵਾਉਣਾ ਹੁੰਦਾ ਬਾਕੀ ਦੂਜੀ ਮੇਰੀ ਬੁੱਕ ਹੈਗੀ ਹੈ ਮੇਰੀ ਬੁੱਕ ਦੇ ਵਿੱਚ ਟਾਪਿਕ ਵਾਈਜ਼ ਐਮਸੀਕਿਊ ਦਿੱਤੇ ਹੋਏ ਨੇ ਤਾਂ ਉੱਥੇ ਤੁਸੀਂ ਟਾਪਿਕ ਵਾਈਜ਼ ਐਮਸੀਕਿਊ ਕਰ ਸਕਦੇ ਹੋ ਐਸਐਸਸੀ ਅਡਾ ਤੇ ਨਾਲ ਥਿਊਰੀ ਵੀ ਕਰਵਾਉਣਾ ਸ਼ੁਰੂ ਤੋਂ ਨਾਲ ਉਹ ਚ ਕੀ ਕਰਵਾਈ ਦੇ ਬੱਚੋ ਨਾਲ ਐਮਸੀਕਿਊ ਵੀ ਕਰਵਾਈ ਦੇ ਨੇ ਤਾਂ ਉਹ ਕਲਾਸ ਲਗਾ ਲਓ ਤਾਂ ਦੋ ਦੋ ਫਾਇਦੇ ਦੇ ਰੱਖੇ ਨੇ ਵੀ ਇੱਕ ਥਿਓਰੀ ਵਾਲੀ ਕਲਾਸ ਵੀ ਦੇ ਰખી ਹੈ ਤੇ ਇੱਕ ਤੁਹਾਨੂੰ ਕੀ ਹੈ ਕੁਐਸਚਨ ਵਾਲੀ ਕਲਾਸ ਵੀ ਦੇ ਰખી ਹੈ ਬਿਲਕੁਲ ਇਹ ਤਾਂ ਲਗਾ ਲਓ ਕਿ ਡਬਲ ਡਬਲ ਫਾਇਦੇ ਨੇ ਉਹ ਵੀ ਫਰੀ ਦੇ ਵਿੱਚ ਹੈ ਨਾ YouTube ਤੇ ਤਾਂ ਲਗਾਓ ਕਲਾਸ ਆ ਰਾਮ ਨਾਲ ਹਾਂਜੀ ਕੰਪਾਈਲਰ ਇਜ਼ ਅ ਕੰਪਿਊਟਰ ਸਿਸਟਮ ਕੇ ਦਾ ਸੌਫਟਵੇਅਰ ਹੈ ਬੱਚੋ 댓 ਇਜ਼ ਸਿਸਟਮ ਸੌਫਟਵੇਅਰ ਹੈ ਕੰਪਾਈਲਰ ਕੀ ਹੈ ਬੱਚੋ 댓 ਇਜ਼ ਸਿਸਟਮ ਸੌਫਟਵੇਅਰ ਹੈ ਹਾਂਜੀ ਬਿਲਕੁਲ ਥਿਉਰੀ ਵੀ ਨਾਲ ਹੈ ਬੱਚੋ ਥਿਉਰੀ ਵੀ ਨਾਲ ਹੈ ਬਿਲਕੁਲ ਐਸਐਸਸੀ ਅਡਾ ਦੇ ਦੇਖੀ ਨਹੀਂ ਕਿਹੜੇ ਕਿਹੜੇ ਬੱਚੇ ਨੇ ਦੇਖੀ ਐਸਐਸਸੀ ਅਡਾ ਦੇ ਕਲਾਸ ਕਿਹੜੇ ਕਿਹੜੇ ਬੱਚੇ ਨੇ ਦੇਖੀ ਐਸਐਸਸੀ ਅਡਾ ਦੇ ਕਲਾਸ ਜਿਹੜੀ ਅੱਜ ਵਾਲੀ ਕਲਾਸ ਵੀ ਹੈ ਕੰਪਿਊਟਰ ਅੱਜ ਹਾਰਡਵੇਅਰ ਪਾਰਟ 2 ਕਰਾਇਆ ਜਿਚਾ ਆਉਟਪੁੱਟ ਡਿਵਾਈਸ ਸਾਰੇ ਐਕਸਪਲੇਨ ਕੀਤੇ ਨੇ ਤੇ ਉਹਨਾਂ ਦੇ ਐਮਸੀਕਿਊ ਕਰਾਏ ਨੇ ਆਉਟਪੁੱਟ ਡਿਵਾਈਸ ਦੇ ਕਿਹੜੇ ਕਿਹੜੇ ਬੱਚੇ ਨੇ ਦੇਖੀ ਹੈ ਹਾਂਜੀ ਇੱਕ ਕੰਪਾਈਲਰ ਇਜ਼ ਅ ਸਪੈਸ਼ਲ ਪ੍ਰੋਗਰਾਮ ਦੈਟ ਟ੍ਰਾਂਸਲੇਟਸ ਦਾ ਪ੍ਰੋਗਰਾਮਿੰਗ ਲੈਂਗੁਏਜ ਸੋਰਸ ਕੋਡ ਇੰਟੂ ਮਸ਼ੀਨ ਕੋਡ ਬਿਲਕੁਲ ਜਿਹੜੇ ਸੋਰਸ ਕੋਡ ਨੂੰ ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰਦਾ ਹੈ ਤਾਂ ਬੱਚਿਓ ਕੀ ਹੈ ਦੈਟ ਇਜ਼ ਅ ਕੰਪਾਈਲਰ 5 ਵਜੇ ਹੁੰਦੀ ਹੈ ਬੱਚਿਓ 5 ਵਜੇ ਰਿਕਾਰਡਡ ਕਲਾਸਾਂ ਵੀ ਪਈਆਂ ਨੇ ਰਿਕਾਰਡਡ ਕਲਾਸਾਂ ਵੀ ਦੇਖ ਲਓ ਰਿਕਾਰਡਡ ਕਲਾਸ ਵੀ ਦੇਖ ਸਕਦੇ ਹੋ ਬੱਚੋ रिकॉर्डेड क्लास भी देख सकते हो, सौरे जर्नली सक्रिप्टड इन टू कॉमन एप्लीकेशन लाइक एक्सल वर्ड टू इनफैक्ट द अदर फाइल्स अदर स्प्रेड टू पार्ट्स ऑफ द कंप्यूटर एप्लीकेशन इज रनिंग ਹਾਂਜੀ ਬਿਲਕੁਲ ਕਿਸ ਕਿਸਮ ਦੇ ਵਾਇਰਸ ਨੇ ਆਮ ਤੌਰ ਤੇ ਦੂਜੇ 10 ਵਜ ਨੂੰ ਸਕਰਮਿਤ ਕਰਨ ਲਈ ਐਕਸਲ ਅਤੇ ਵਰਡ ਵਰਗੇ ਐਪਲੀਕੇਸ਼ਨ ਪ੍ਰੋਗਰਾਮਾਂ ਵਿੱਚ ਸਕ੍ਰਿਪਟ ਕੀਤੇ ਜਾਂਦੇ ਹਨ ਜਦੋਂ ਐਪਲੀਕੇਸ਼ਨ ਚੱਲ ਰਹੇ ਹਨ ਤਾਂ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੇ ਨੇ ਤਾਂ ਉਹਨੂੰ ਕੀ ਹੈ ਬੱਚੋ ਉਹਨਾਂ ਨੂੰ ਕੀ ਕਹਿੰਦੇ ਨੇ ਰੈਜ਼ੀਡੈਂਟ ਵਾਇਰਸ ਫਾਈਲ ਇਨਫੈਕਟਰ ਵਾਇਰਸ ਮੈਕਰੋ ਵਾਇਰਸ ਤੇ ਬੂਟ ਸੈਕਟਰ ਵਾਇਰਸ ਬਿਲਕੁਲ ਬੱਚੋ ਕਿਹੜੇ ਵਾਇਰਸ ਨੇ ਬੱਚੋ ਜਿਹੜੇ ਆਪਣੇ ਕੋਲ ਕੀ ਹੈ ਵਰਡ ਤੇ ਐਪਲੀਕੇਸ਼ਨਲ ਸਕ੍ਰਿਪਟ ਹੋ ਜਾਂਦੇ ਨੇ ਬਿਲਕੁਲ ਐਸਐਸਸੀ ਅੱਡਾ ਤੇ ਮੇਰੀ ਰਿਕਾਰਡਡ ਕਲਾਸ ਵੀ ਪਈ ਹੈ ਜੇ ਤੁਹਾਡੇ ਲਈ 5 ਵਜੇ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਜਦੋਂ ਮਰਜ਼ੀ ਬਾਅਦ ਚ ਜਦੋਂ ਮਰਜ਼ੀ ਲਗਾ ਲਈ ਤਾਂ ਉੱਥੇ ਬਹੁਤ ਵਧੀਆ ਵੇ ਨਾਲ ਸਾਰੀ ਥਿਉਰੀ ਵੀ ਐਕਸਪਲੇਨ ਕੀਤੀ ਹੋਈ ਹੈ ਸਾਰੀ ਥਿਉਰੀ ਵੀ ਐਕਸਪਲੇਨ ਕੀਤੀ ਹੋਈ ਹੈ ਨਾਲ ਇੱਕ ਬੰਦਾ ਵਧੀਆ ਜਿਹਾ ਕਮੈਂਟ ਕਰਿਆ ਹੈ ਪਤਾ ਲੱਗਦਾ ਜੀ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀ ਹੈ ਨਾ ਕਰਕੇ ਆਇਆ ਕਰੋ ਹਿੰਦੀ ਚ ਕਮੈਂਟ ਦੇਖੋ ਹੈ ਨਾ ਤੁਹਾਨੂੰ ਕੀ ਕਹਿੰਦੇ ਨੇ ਬੱਚੋ ਦੈਟ ਇਜ਼ ਮੈਕਰੋ ਵਾਇਰਸ ਕਹਿੰਦੇ ਨੇ ਮੈਕਰੋ ਵਾਇਰਸ ਕੀ ਹੁੰਦੇ ਨੇ ਬੱਚੋ ਜਿਹੜੇ ਐਕਸਲ ਤੇ ਵਰਡ ਦੀ ਫਾਈਲ ਚ ਸਕ੍ਰਿਪਟ ਹੁੰਦੇ ਨੇ ਬਿਲਕੁਲ ਐ ਮੈਕਰੋ ਵਾਇਰਸ ਇਸ ਅ ਕਾਈਂਡ ਆਫ ਵਾਇਰਸ ਥੈਟ ਇਜ਼ ਰਿਟਨ ਇਨ ਮੈਕਰੋਸ ਪ੍ਰੋਗਰਾਮਿੰਗ ਲੈਂਗੁਏਜ ਰੂਟਡ ਇਨਸਾਈਡ ਦਾ ਸੌਫਟਵੇਅਰ ਐਪਲੀਕੇਸ਼ਨ ਲਾਈਕ ਐ ਮਾਈਕਰੋਸਾਫਟ ਆਫਿਸ ਬਿਲਕੁਲ ਜਿਹੜੇ ਮਾਈਕਰੋਸਾਫਟ ਆਫਿਸ ਵਰਡ ਦੀ ਫਾਈਲ ਦੇ ਵਿੱਚ ਸਕ੍ਰਿਪਟ ਹੁੰਦੇ ਨੇ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਬੱਚੋ ਮੈਕਰੋ ਵਾਇਰਸਿਸ ਕਹਿੰਦੇ ਨੇ ਨੈਕਸਟ ਬੱਚੋ ਡੈਸ਼ ਸਰਵਿਸ ਅਲਾਉਸ ਦਾ ਆਰਗੇਨਾਈਜੇਸ਼ਨ ਟੂ ਮੇਕ देयर ओन ਵੈਬਸਾਈਟ ਹਾਂਜੀ ਤਾਂ ਬੱਚੋ ਕੀ ਹੈ ਇੱਕ ਸੇਵ ਹੈ ਜੋ ਸੰਸਥਾਵਾਂ ਨੂੰ ਆਪਣੀ ਵੈਬਸਾਈਟ ਬਣਾਉਣ ਦੀ ਇਜਾਜ਼ਤ ਦਿੰਦੀ ਹੈ ਜਿਹੜੀ ਹੈ ਬੱਚੋ ਸੰਸਥਾ ਜਿਹੜੀ ਬੱਚੋ ਕੀ ਹੈ ਅ ਨੀਂਦ ਆਂਦੀ ਹੈ ਬੱਚੇ ਦੇਖੋ ਨੀਂਦ ਆਂਦੀ ਹੈ ਹੁਣ ਲੋਰੀ ਤਾਂ ਮੈਂ ਸੁਣਾ ਨਹੀਂ ਸਕਦਾ ਉਹਦੇ ਹੈਨਾ ਵੀ ਸੋ ਜਾ ਮੁੰਨਾ ਸੋ ਜਾ ਹੈਨਾ ਬਿਲਕੁਲ ਆਪਣਾ ਕਲਾਸ ਬੰਦ ਕਰੋ ਆਪਣਾ ਲੈ ਕੇ ਰਜਾਈ ਸੋ ਜਾ ਜਾਂ ਕੰਬਲ ਲੈ ਕੇ ਸੋ ਜੋ ਕੰਬਲ ਲੈ ਕੇ ਸੋ ਜੋ ਹੈਨਾ ਬਿਲਕੁਲ ਇਤਕ ਕਲਾਸ ਦੇ ਵਿੱਚ ਨਾ ਕਿਸੇ ਨੇ ਮੈਂ ਸੁਸਤੀ ਨਹੀਂ ਪਾਣੀ ਹੈਗੀ ਜੇ ਮੈਂ ਵੀ ਜਾਗ ਰਿਹਾ ਮੈਂ ਬਿਮਾਰ ਵੀ ਹਾਂ ਫਿਰ ਵੀ ਕਲਾਸਾਂ ਲਗਾ ਰਹੇ ਹਾਂ ਤੁਹਾਡੀਆਂ ਤੁਸੀਂ ਵੀ ਪ੍ਰੋਪਰ ਹੋ ਕੇ ਕਲਾਸ ਲਗਾਓ ਜਿਹਨੂੰ ਨੀਂਦ ਆਂਦੀ ਹੈ ਕਲਾਸ ਬੰਦ ਕਰੋ ਅਰ ਸੋ ਜਾਓ ਹੈਨਾ ਬਿਲਕੁਲ ਡੈਸ਼ ਇਜ਼ ਅ ਸਰਵਿਸ दैट ਅਲਾوزਸ ਅ ਓਰਗੇਨਾਈਜੇਸ਼ਨ ਟੂ ਮੇਕ देयर ਓਨ ਵੈਬਸਾਈਟ ਤਾਂ ਬਿਲਕੁਲ ਬੱਚੋ ਕਿਹੜੇ ਜਿਹੜੇ ਹੈਗੇ ਆ ਜਿਹੜੇ ਸੰਸਥਾਵਾਂ ਵੈਬਸਾਈਟ ਬਣਾਉਂਦੀ ਜਾਂ ਦੇ ਦਿੰਦੀਆਂ ਹਨ ਤੁਹਾਨੂੰ ਕੀ ਕਹਿੰਦੇ ਨੇ ਬੱਚੋ ਦੈਟ ਇਜ਼ ਅ ਵੈਬ ਹੋਸਟਿੰਗ ਕਹਿੰਦੇ ਨੇ ਕੀ ਕਹਿੰਦੇ ਨੇ ਬੱਚੋ ਵੈਬ ਹੋਸਟਿੰਗ ਕਹਿੰਦੇ ਨੇ ਹੈਨਾ ਹਾਂਜੀ ਬਿਲਕੁਲ ਵੈਬ ਹੋਸਟਿੰਗ ਕਹਿੰਦੇ ਨੇ ਬੱਚੋ ਵੈਬ ਹੋਸਟਿੰਗ ਕੀ ਚੀਜ਼ ਹੈ ਕਿ ਜਿਵੇਂ ਤੁਸੀਂ ਆਪਣੀ ਵੈਬਸਾਈਟ ਨੂੰ ਵੈਬਸਾਈਟ ਪਾਣੀ ਹੈ ਹੈਨਾ ਬਿਲਕੁਲ ਜਿਹੜੀ ਤੁਸੀਂ ਕੀ ਪਾਣੀ ਹੈ ਬੱਚੋ ਵੈਬਸਾਈਟ ਪਾਣੀ ਹੈ ਵੈਬਸਾਈਟ ਸਰਵਰ ਤੇ ਪਾਣੀ ਹੈ ਤਾਂ ਬੱਚੋ ਆਪਾਂ ਨੂੰ ਕੀ ਹੈ ਵੈਬ ਹੋਸਟਿੰਗ ਸਰਵਿਸ ਲੈਣੀ ਪੈਂਦੀ ਹੈ ਬਿਲਕੁਲ ਤਾਂ ਕੀ ਕਹਿੰਦੇ ਬੱਚੋ ਦੈਟ ਇਜ਼ द वैब होस्टिंग इज़ ए ऑनलाइन सर्विस दैट अलाउज़ यू टू पबलिश योर वैबसाइट्स फाइल्स ऑन द इंटनैट बिल्कुल वैब होस्टिंग की करती है बच्चों जो तीस तो की है वैबसाइट अपनी पबलिश करनी है है ना की दिया इस वेब दिया। वेब की explorer, तो कहें बचो दैट इज़ वैब होस्टिंग कहें वैबसाइट जो मैथड किया नोटपैड के वर्ड एक्सप्लोर बिल्कुल बचो इंटर जो अपनी वैबसाइट बनती है बचो नोटपैड तो बनती है है ना नोटपैड आपडिंग लिख दे एच टी एम एल वगैरह द ਕਹਿੰਦਾ ਟੂ ਮੂਵ ਟੂ ਦਾ ਨੈਕਸਟ ਵਰਕਸ਼ੀਟ ਇਨ ਅ ਵਰਕਬੁੱਕ ਪ੍ਰੈਸ ਬਿਲਕੁਲ ਆਪਾਂ ਅਗਲੀ ਵਰਕਸ਼ੀਟ ਤੇ ਜਾਣ ਲਈ ਕਿਹੜਾ ਆਪਾਂ ਯੂਜ਼ ਕਰਾਂਗੇ ਹਾਂਜੀ ਵਰਕਬੁੱਕ ਵਿੱਚ ਅਗਲੀ ਵਰਕਸ਼ੀਟ ਤੇ ਜਾਣ ਲਈ ਡੈਸ਼ ਦਬਾਓ ਹਾਂਜੀ ਵਰਕਬੁੱਕ ਵਿੱਚ ਵਰਕਬੁੱਕ ਵਿੱਚ ਅਗਲੀ ਵਰਕਸ਼ੀਟ ਤੇ ਜਾਣ ਲਈ ਤੱਕੀ ਦਬਾਂਦੇ ਆ ਬੱਚੋ ਆਪਾਂ ਕੰਟਰੋਲ ਪੇਜ ਡਾਊਨ ਕੰਟਰੋਲ ਪੇਜ ਅਪ ਬਿਲਕੁਲ ਬੱਚੋ ਜਦੋਂ ਆਪਾਂ ਨੇ ਅਗਲੇ ਅਗਲੀ ਨੈਕਸਟ ਵਰਕਬੁੱਕ ਤੇ ਜਾਣਾ ਹੈ ਤਾਂ ਆਪਾਂ ਕੰਟਰੋਲ ਪੇਜ ਡਾਊਨ ਦਾ ਯੂਜ਼ ਕਰਦੇ ਆ ਬਿਲਕੁਲ ਜਦੋਂ ਆਪਾਂ ਨੇ ਨੈਕਸਟ ਵਰਕਸ਼ੀਟ ਤੇ ਜਾਣਾ ਹੈ ਕੰਟਰੋਲ ਪੇਜ ਡਾਊਨ ਦਾ ਯੂਜ਼ ਕਰਦੇ ਆ ਤੇ ਜੇ ਆਪਾਂ ਨੇ ਪਿਛਲੀ ਤੇ ਜਾਣਾ ਹੈ ਬੱਚੋ ਕੰਟਰੋਲ ਪਲੱਸ ਪੇਜ ਅਪ ਦਾ ਯੂਜ਼ ਕੀਤਾ ਜਾਂਦਾ ਹੈ ਕਦਾ ਯੂਜ਼ ਕੀਤਾ ਜਾਂਦਾ ਬੱਚੋ ਕੰਟਰੋਲ ਪਲੱਸ ਪੇਜ ਅਪ ਦਾ ਯੂਜ਼ ਕੀਤਾ ਜਾਂਦਾ ਜੇ ਆਪਾਂ ਨੇ ਬੈਕ ਵਰਕਸ਼ੀਟ ਤੇ ਮੂਵ ਕਰਨਾ ਹੈ ਤੇ মুਵ ਟੂ ਦਾ ਨੈਕਸਟ ਵਰਕਸ਼ੀਟ ਪ੍ਰੈਸ ਕੰਟਰੋਲ ਪੇਜ ਡਾਊਨ ਬਿਲਕੁਲ ਨੈਕਸਟ ਵਰਕਸ਼ੀਟ ਤੇ ਜਾਣ ਲਈ ਕੰਟਰੋਲ ਪੇਜ ਡਾਊਨ ਕਰਦੇ ਆ ਜੇ ਆਪਾਂ ਨੇ ਕੀ ਜਾਨਾ ਬੱਚੋ ਪ੍ਰੀਵਿਅਸ ਵਰਕਸ਼ੀਟ ਤੇ ਜਾਣਾ denn ਆਪਾਂ ਯੂਜ਼ ਕਰਦੇ ਆ ਕੰਟਰੋਲ ਪੇਜ ਅਪ ਇੱਕ ਮਿੰਟ ਬੱਚੋ ਇੱਕ ਮਿੰਟ नेक्स्ट है बच्चों द फाइव फीचर वी कैन अब वन ऑब्जेक्ट कैन इंटरेक्ट विद द अनदर ऑब्जेक्ट बिल्कुल हाँ जी वो विशेषता जिस द्वारा एक वस्तु दूजी वस्तु न इंटरैक्ट करती है तो हैं मैसेज रीडिंग मैसेज पासिंग डेटा ट्रांसफर या डेटा बाइंडिंग सर जी विंडो ओपनली एफ सैवन यूज होंगी है ठीक है नहीं बच्चों विंडो ओ एफ ओपन लाइफ सैवन नहीं यूज़ होंगी बच्चों विंडो ओपन लूज़ होंट इज़ अपने को विंडो ओपन लिए नहीं एफ सैवन स्पैलिंग ग्रैमर चैक लूज हों स्पलिंग ग्रैमर चैक लूज होंगी बच्चों दट इज़ अ मैसिंग पासिंग टैक्नीक का यूज़ करते हैं जो आप एक ओबजेक्ट दूजे ऑब्जेक्ट ना कि करेक्ट करता है ਹਾਂਜੀ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਅ ਫਰਸਟ ਨਿਊਰਲ ਨੈਟਵਰਕ ਹਾਂਜੀ ਇਹਨਾਂ ਵਿੱਚੋਂ ਕਿਹੜਾ ਜਿਹੜਾ ਨਿਊਰਲ ਨੈਟਵਰਕ ਹੈ ਅ ਹਾਂਜੀ ਤਾਂ ਬੱਚੋ ਕੀ ਆਊਗਾ ਫਰਸਟ ਨਿਊਰਲ ਨੈਟਵਰਕ ਕਿਹੜਾ ਬੱਚੋ ਫਰਸਟ ਨਿਊਰਲ ਨੈਟਵਰਕ ਐ ਨਹੀਂ ਐ ਅਬੈਕਸ ਆਰ ਐਫ ਡੀ ਐਸ ਐ ਐਨ ਏ ਆਰ ਸੀ ਜਾਂ ਆਪਣੇ ਕੋਲੇ ਨਨ ਆਫ ਥੀਸ ਆਊਗਾ ਬੱਚੇ ਵਿੰਡੋ ਓਪਨ ਲਈ ਤਾਂ ਕਿ ਓਪਨ ਲਈ ਜੇ ਕੋਈ ਵਿੰਡੋ ਓਪਨ ਕਰਨੀ ਹੈ ਥੈਨ ਕੰਟਰੋਲ ਓ ਦਾ ਯੂਜ਼ ਕਰਦੇ ਆ ਕੰਟਰੋਲ ਓ ਨਾਲ ਵਿੰਡੋ ਓਪਨ ਕਰਦੇ ਆ ਤਾਂ ਬੱਚੋ ਕੀ ਆਪਣੇ ਕੋਲੇ ਜਿਹੜਾ ਹੈਗਾ ਫਰਸਟ ਨਿਊਰਲ ਨੈਟਵਰਕ ਕਿਹੜਾ ਥੈਟ ਇਜ਼ ਐਸ ਐਨ ਏ ਆਰ ਸੀ ਐਸ ਐਨ ਏ ਆਰ ਸੀ ਇਹਦੀ ਫੁੱਲ ਫਾਰਮ ਕੀ ਹੁੰਦੀ ਹੈ ਬੱਚੋ ਹੈਨਾ ਸਰ ਅੱਜ ਪਹਿਲੀ ਵਾਰ ਤੁਹਾਡੀ ਕਲਾਸ ਲਗਾਈ ਹੈ ਜੀ ਬਹੁਤ ਵਧੀਆ ਲੱਗ ਰਹੀ ਹੈ ਉਹਨੇ ਰੋਜ਼ ਆਇਆ ਕਰੂੰਗਾ ਬਿਲਕੁਲ ਬੱਚੋ ਰੋਜ਼ ਆਇਆ ਕਰੋ ਦੇਖੋ ਨਾਲ ਅੰਡੇ ਗੁਆਂਡੇ ਮਿਲਿਆ ਹਨ ਕਲਾਸ ਦੇ ਐਂਡ ਤੋਂ ਬਾਅਦ ਪ੍ਰਸ਼ਾਦ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਰੋਟੀ ਪਾਣੀ ਦੀ ਵਿਵਸਥਾ ਵੀ ਹੈ ਤੁਸੀਂ ਘਰੇ ਬੈਠੇ ਰੋਟੀ ਪਾਣੀ ਵੀ ਖਾ ਸਕਦੇ ਹੋ ਜਿਵੇਂ ਮਰਜ਼ੀ ਖਾ ਲਓ ਹੈਨਾ ਬਿਲਕੁਲ ਤਾਂ ਕਰਕੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਅੰਡੇ ਗੁਆਂਡੇ ਨੂੰ ਵੀ ਲੈ ਕੇ ਆਣਾ ਤਾਂ ਬੱਚੋ ਕੀ ਹੈ ਇਨ ኦਪਰੇਟਿੰਗ ਸਿਸਟਮ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਐਗਜ਼ਾਮਪਲ ਆਫ ਅ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਹਾਂਜੀ ਇਹਨਾਂ ਵਿੱਚ ਬੱਚੋ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਕਿਹੜਾ ਨਹੀਂ ਹੈ ኦਪਰੇਟਿੰਗ ਸਿਸਟਮ ਦੇ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਨਹੀਂ ਹੈ ਤਾਂ ਬੱਚੋ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਕਿਹੜਾ ਨਹੀਂ ਹੈ ਮੇਰਾ ਫਰਸਟ ਡੇ ਹੈ ਜੀ ਗੁਰਵਿੰਦਰ ਸਿੰਘ ਜੀ ਅੱਛਾ ਜੀ ਤੁਹਾਡਾ ਵੀ ਫਰਸਟ ਡੇ ਹੈ ਬੱਚੋ ਹਾਂਜੀ ਵਿੱਚੋਂ ਦਾ ਫੋਲੋਇੰਗ ኦਪਰੇਟਿੰਗ ਸਿਸਟਮ ਇਜ਼ ਨੋਟ ਅ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਤਾਂ ਬੱਚੋ ਕਿਹੜਾ ਆਪਣੇ ਕੋਲੇ ਸਿੰਗਲ ਯੂਜ਼ਰ ኦਪਰੇਟਿੰਗ ਸਿਸਟਮ ਨਹੀਂ ਹੈ ਸਿੰਗਲ ਯੂਜ਼ਰ ਬੀਡਿੰਗ ਸਿਸਟਮ ਕਿਹੜਾ ਨਹੀਂ ਹੈ ਬੱਚੋ that is a window xp ਇਹ ਹੋਗਾ ਬੱਚੋ window xp ਸਰ ਇਹ ਤੁਹਾਡੀ ਕਲਾਸ ਡੇਲੀ ਲੱਗਦੀ ਹੈ ਬਿਲਕੁਲ ਬੱਚੋ ਡੇਲੀ ਲੱਗਦੀ ਹੈ ਇਸ ਕਲਾਸ ਦੀ ਕੱਲੀ ਕਦੇ ਛੁੱਟੀ ਨਹੀਂ ਹੁੰਦੀ ਕੱਲੀ ਸੰਡੇ ਛੁੱਟੀ ਹੁੰਦੀ ਹੈ ਬਸ ਕੱਲੀ ਸੰਡੇ ਛੁੱਟੀ ਹੁੰਦੀ ਹੈ ਉਂਝ ਡੇਲੀ ਲੱਗਦੀ ਹੈ ਕਲਾਸ ਯੂਨਿਕਸ ਹੈਜ਼ ਬੀਨ ਰਿਟਨ ਇਨ ਵਿਚ ਲੈਂਗੁਏਜ ਯੂਨਿਕਸ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਹੈ ਨਾ ਬੱਚੋ ਕਦੇ ਛੁੱਟੀ ਹੋਈ ਹੈ ਕਲਾਸ ਦੀ ਇਸ ਕਲਾਸ ਦੀ ਡੇਲੀ ਲੱਗਦੀ ਹੈ ਨਾ ਸੈਟਰਡੇ ਹੋਵੇ ਮੰਡੇ ਹੋਵੇ ਟਿਊਜ਼ਡੇ ਹੋਵੇ ਵੈਨਸਡੇ ਹੋਵੇ ਡੇਲੀ ਕਲਾਸ ਲੱਗਦੀ ਹੈ ਕਦੇ ਵੀ ਛੁੱਟੀ ਨਹੀਂ ਹੋਈ ਯੂਨਿਕਸ ਹੈਜ਼ ਬੀਨ ਰਿਟਨ ਇਨ ਵਿਚ ਲੈਂਗੁਏਜ ਸਰ ਸੰਡੇ ਨੂੰ ਬਿਲਕੁਲ ਬੱਚੋ ਸੰਡੇ ਨੂੰ ਛੁੱਟੀ ਹੁੰਦੀ ਹੈ ਕਲੀ ਸੰਡੇ ਨੂੰ ਕਲਾਸ ਨਹੀਂ ਲੱਗਦੀ ਇਹ ਹਾਂਜੀ ਯੂਨਿਕਸ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਬੱਚੋ ਯੂਨਿਕਸ ਆਪਣਾ ਕੀ ਇੱਕ ኦਪਰੇਟਿੰਗ ਸਿਸਟਮ ਹੈ ਯੂਨਿਕਸ ਕੀ ਹੈ ਬੱਚੋ ਥੈਟ ਇਜ਼ ਅਪਰੇਟਿੰਗ ਸਿਸਟਮ ਹੈ ਤਾਂ ਇਹ ਕਿਹੜੀ ਭਾਸ਼ਾ ਚ ਲਿਖਿਆ ਗਿਆ ਬੱਚੋ ਯੂਨਿਕਸ ਇਜ਼ ਰਿਟਨ ਇਜ਼ ਇਨ ਸੀ ਲੈਂਗੁਏਜ ਕਿਹੜੀ ਭਾਸ਼ਾ ਚ ਲਿਖਿਆ ਗਿਆ ਬੱਚੋ ਥੈਟ ਇਜ਼ ਰਿਟਨ ਇਨ ਦਾ ਸੀ ਲੈਂਗੁਏਜ हाँ जी यूनिक्स ऑपरेटिंग सिस्टम डिवेलपमेंट स्टार्टड इन नाइनटीन सिक्सटी नाइन केट हो अपने को नाइनटीन सैवनटी टू के सी लैंग्एज लिखा गया कहते शॉर्टकट की इज फॉर समॉल कैप्स इन द वर्ल्ड एम एस वर्ड में छोटे कैप्स करने के करी शॉर्टकट की यूज की जाती है सर जी विंडोज 95 ਕੀ ਹੈ ਜੀ ਦੱਸ ਦੋ ਵਿੰਡੋ 95 ਬੱਚੇ ਪਹਿਲਾ ኦਪਰੇਟਿੰਗ ਸਿਸ ਪਹਿਲੀ ਵਿੰਡੋ ਆਈ ਸੀ ਜਿਹੜੀ ਪਹਿਲੀ ਵਿੰਡੋ ਆਈ ਸੀ ਤਾਂ ਉਹ ਕੀ ਹੈ ਬੱਚੋ ਵਿੰਡੋ 95 ਸੀ ਸਰ ਸਲਾਈਡ ਕੱਟੀ ਜਾਂਦੀ ਹੈ ਜੀ ਸਾਈਡ ਤੋਂ ਥੋੜੀ ਜੀ ਘੱਟ ਦਿਓਗੀ ਕੋਈ ਨਾ ਨਕ ਤਾਂ ਮੈਨੇਜ ਕਰ ਲਓ ਯਾਰ ਐ ਨਾ ਕਰੋ ਹੁਣ ਹੈਗਾ ਵੀ ਨਹੀਂ ਕੋਈ ਯਰੇ ਹੈ ਨਾ ਹੁਣ ਹੈਗਾ ਵੀ ਨਹੀਂ ਕੋਈ सर मैं गुरदासपुर पंजाब से हूँ आपकी क्लास फर्स्ट टाइम लगा रही हूँ बहुत अच्छी लगी ठीक है बच्चों जी थैंक यू लगाया करो डेली यार बिल्कुल देखो बच्चे अच्छी लगना तो ਐਗਜ਼ਾਮ ਔਰੀਐਂਟਡ ਹੋਣਾ ਐਗਜ਼ਾਮ ਚ ਕੰਟੈਂਟ ਹਨ ਦੋਨਾਂ ਚ ਬਹੁਤ ਫਰਕ ਹੈ ਅੱਛੀ ਕਲਾਸ ਤਾਂ ਕਈ ਬੱਚੇ ਨੂੰ ਹੋਰ ਟੀਚਰਾਂ ਦੀ ਵੀ ਲੱਗਦੀ ਜਿਹੜੇ ਗੱਲਾਂ ਮਾਰ ਕੇ ਮੁੜ ਜਾਂਦੇ ਨੇ ਜਿਹੜੇ ਤੁਹਾਨੂੰ ਦੋ ਚਾਰ ਸ਼ੇਅਰ ਸੁਣਾ ਦੇਣਗੇ ਦੋ ਚਾਰ ਪਿੰਡ ਵਾਲੀਆਂ ਗੱਲਾਂ ਸੁਣਾ ਦੇਣਗੇ ਤੁਸੀਂ ਵੀ ਅਗੇ ਖੁਸ਼ ਹੋ ਜਾਂਦੇ ਹੋ ਪਰ ਪਤੰਦਰ ਦਾ ਪੇਪਰ ਤਾਂ ਨਹੀਂ ਕੁਝ ਆਉਂਦਾ ਉਹਦਾ ਹੈਨਾ ਪੇਪਰ ਚ ਨਹੀਂ ਆਉਂਦਾ ਅੱਛੀ ਲੱਗਣ ਵਾਲੀ ਵੀ ਗੱਲ ਹੈ ਕਿ ਐਗਜ਼ਾਮ ਔਰੀਐਂਟਡ ਵੀ ਹੈ ਜਿਹੜਾ ਆਪਾਂ ਪੜਾਵਾਂਗੇ ਉਹ ਕਲਾਸ ਚ ਕੰਮ ਆਊਗਾ ਤੁਹਾਡੇ ਪੇਪਰ ਚ ਆਊਗਾ ਤਾਂ ਤੁਹਾਨੂੰ ਤਾਂ ਤੁਹਾਨੂੰ ਲੱਗੂਗਾ ਵੀ ਹਾਂ ਸਰ ਦੀ ਕਲਾਸ ਲਾ ਕੇ ਵਧੀਆ ਲੱਗਿਆ ਹੈਨਾ ਤਾਂ ਬੱਚੋ ਕੰਟਰੋਲ ਸ਼ਿਫਟ ਕੀ ਕਦੇ ਵਾਸਤੇ ਯੂਜ਼ ਕਰਦੇ ਆ ਬੱਚੋ ਥੈਟ ਇਜ਼ ਅ ਸਮਾਲ ਕੈਪਸੂਲ ਯੂਜ਼ ਕਰਦੇ ਆ ਨੈਕਸਟ ਆ ਵਿੱਚ ਆਫ ਦਾ ਫੋਲੋਇੰਗ ਸਮਾਲ ਕੈਪਸੂਲ ਦਾ ਹੋ ਗਿਆ ਯਾਰ ਇਹ ਫੇਰ ਆ ਗਿਆ ਚਲੋ ਹੁਣ ਆਂਦੇ ਯਾਨੀ ਵਿੱਚ ਆਫ ਦਾ ਫੋਲੋਇੰਗ ਡਿਵਾਈਸ ਕੰਟੇਨਸ ਫੋਟੋ ਸੈੱਲ ਹਾਂਜੀ ਤਾਂ ਬੱਚੋ ਕੀ ਹੈ ਹੇਠਾਂ ਲਿਖੇ ਡਿਵਾਈਸਾਂ ਵਿੱਚੋਂ ਕਿਸ ਵਿੱਚ ਫੋਟੋ ਸੈੱਲ ਹੈ ਲਾਈਟ ਪੈਨ ਕੀਬੋਰਡ OCR ਜਾਂ ਟਰੈਕ ਬੋਲ ਤਾਂ ਬੱਚੋ ਵਿਚ ਆਫ ਦਾ ਫੋਲਿੰਗ ਡਿਵਾਈਸ ਕੰਟੇਨਸ ਫੋਟੋ ਸੈੱਲ ਤਾਂ ਫੋਟੋ ਸੈੱਲ ਕਿਹੜਾ ਬੱਚੋ ਲਾਈਟ ਪੈਨ ਕੀਬੋਰਡ ਓਸੀਆਰ ਤੇ ਟਰੈਕਬੋਲ ਮੇਰੀ ਗੱਲਾਂ ਕਾਫੀ ਬੱਚਿਆਂ ਨੂੰ ਬੁਰੀਆਂ ਲੱਗਦੀਆਂ ਹੋਣਗੀਆਂ ਲੇਕਿਨ ਗੱਲਾਂ ਜਿਹੜੀਆਂ ਕਹਿੰਦਾ ਉਹਨਾਂ ਨਾਲ ਮੈਂ ਸੱਚਾਈ ਹੁੰਦੀ ਹੈ ਮੈਂ ਕਦੇ ਵੀ ਕੋਈ ਝੋਲ ਮੋਲ ਚ ਗੱਲ ਨਹੀਂ ਕਰਦਾ ਹੁੰਦਾ ਹੈ ਨਾ ਬਿਲਕੁਲ ਤੁਹਾਡੇ ਫਿਊਚਰ ਵਾਸਤੇ ਤੁਹਾਡੇ ਫਾਇਦੇ ਵਾਸਤੇ ਗੱਲ ਕੀਤੀ ਆਊਗੀ ਹੈ ਨਾ ਜਿਹੜੀ ਵੀ ਗੱਲ ਉਹਰੇ ਕਲਾਸ ਦੇ ਵਿੱਚ ਕੀਤੀ ਆਊਗੀ ਔਰ ਜਿਹੜੀ ਵੀ ਕਲਾਸ ਹੋਊਗੀ ਕੋਈ ਹਵਾ ਦੀ ਗੱਲ ਨਹੀਂ ਹੋਊਗੀ ਗੱਲ ਸੱਚਾਈ ਵਾਲੀ ਹੋਊਗੀ ਸਾਰੀ ਹੈ ਨਾ ਸਰ ਵਾਟ ਇਜ਼ ਡੋਮੇਨ ਹੋਸਟਿੰਗ ਡੋਮੇਨ ਹੋਸਟਿੰਗ ਹੁੰਦੀ ਹੈ ਬੱਚੇ ਜਦੋਂ ਤੁਸੀਂ ਕੋਈ ਵੈਬਸਾਈਟ ਬਣਾਉਣੀ ਹੋ ਤਾਂ ਇੱਕ ਡੋਮੇਨ ਲੈਣਾ ਪੈਂਦਾ ਤੇ ਮੈਂ ਮੇਰੀ ਵੈਬਸਾਈਟ ਬਣवानी ਹੈ ਮੈਂ ਲੈ ਕੇ ਡੋਮੇਨ ਲਿਆ www.ajjan.com ਤਾਂ ਉਹਨੂੰ ਹੋਸਟ ਕਰਵਾਉਣਾ ਤੇ ਫਾਈਲਸ ਅਪਲੋਡ ਕਰਨੀਆਂ ਵੈਬਸਾਈਟ ਅਪਲੋਡ ਕਰਨੀਆਂ ਤਾਂ ਜਿਹੜੀਆਂ ਫਾਈਲਸ ਅਪਲੋਡ ਕਰਦੇ ਆ ਤਾਂ ਪਹਿਲਾਂ ਡੋਮੇਨ ਨੂੰ ਅਪਲੋਡ ਕਰਨਾ ਪੈਂਦਾ ਡੋਮੇਨ ਰਜਿਸਟਰ ਕਰਵਾਉਣਾ ਪੈਂਦਾ ਜੇ ਡੋਮੇਨ ਰਜਿਸਟਰ ਕਰਾੰਦਿਆਂ ਨੂੰ ਡੋਮੇਨ ਹੋਸਟਿੰਗ ਕਹਿੰਦੇ ਨੇ ਵਬ ਹੋਸਟਿੰਗ ਕੀ ਵਬ ਨੂੰ ਪੂਰਾ ਚਲਾਉਣਾ ਤੇ डोमेंटे तब बच्चों फोटो सेल केड़ा डिवाइस कंटेन करदा दैट दे। इज लाइट पेन कंटेन करदा कौन कंटेन करदा बच्चों लाइट पेन ਦੇ ਵਿੱਚ ਆਪਣੇ ਕੀ ਹੁੰਦੇ ਨੇ ਫੋਟੋ ਸੈਲਸ ਹੁੰਦੇ ਨੇ ਬਿਲਕੁਲ ਦੇਖੋ লাইਟ ਪੈਨ ਚਲਾ ਰਿਹਾ ਹੈ ਨਾ ਤਾਂ ਇਹ ਲਾਈਟ ਨੂੰ ਲਾਈਟ ਨਾਲ ਪਿਕਸਲ ਰੀਡ ਕਰਦਾ देन ਕੀ ਹੈ ਆਪਾਂ ਕੀ ਹੈ ਡਰਾ ਕਰਦੇ ਹਾਂ ਲਾਈਟ ਨਾਲ हां जी व्हिच शॉर्टकट की यूज्ड इन एमएस एक्सेल फॉर मिनिमाइज एंड मैक्सिमाइज तो बच्चों ये शॉर्ट एदा ए ये रहन दो क्वेश्चन एच गड़बड़ है कोई अगले क्वेश्चन पे चलते हैं यानी व्हाट इज द बेस एंड रेडिक्स ऑफ ए हेक्साडेसिमल नंबर बिल्कुल हेक्साडेसिमल का बच्चों की है डोमेन नेम अपना बेस की है बेस और रेडिक्स ऑफ हेक्साडेसिमल नंबर 2 8 10 16 ਹਾਂਜੀ ਤਾਂ ਬੱਚੋ what is the base of radix of hexadecimal ਸਿਸਟਮ ਬਿਲਕੁਲ ਹੈਕਸਾਡੈਸਿਮਲ ਡਿਜੀਟਸ ਬੱਚੋ ਆਪਣਾ ਕੀ ਹੈ ਬੇਸ ਕਿੰਨਾ ਬਿਲਕੁਲ ਹੈਕਸਾਡੈਸਿਮਲ ਨੰਬਰ ਦਾ ਜਿਹੜਾ ਬੇਸ ਹੈ ਬੱਚੋ that is a 16 ਬੇਸ ਰਹਿੰਦਾ ਹੈ ਨਾ ਜਿੱਥੇ 0 ਤੋਂ ਲੈ ਕੇ 9 ਤੱਕ ਹੁੰਦੇ ਨੇ A ਤੋਂ ਲੈ ਕੇ ਕੀ ਹੁੰਦੇ ਨੇ F ਤੱਕ ਹੁੰਦੇ ਨੇ A ਹੁੰਦਾ ਹੈ 10 ਹੁੰਦਾ ਹੈ B ਹੁੰਦਾ ਹੈ 11 ਹੁੰਦਾ ਹੈ C ਹੁੰਦਾ ਹੈ 12 ਹੁੰਦਾ ਹੈ D ਹੁੰਦਾ ਹੈ 13 ਹੁੰਦਾ ਹੈ E ਹੁੰਦਾ ਹੈ 14 ਹੁੰਦਾ ਹੈ F ਹੁੰਦਾ ਬੱਚੋ 15 ਹੁੰਦਾ ਹੈ ए टू एफ जीरो तो नाइन तक होंगे अपने को डेमल नंबर देखो डेसीमल नंबर के पेरे बच्चों दट इज जीरो नाइन होंगे बेस की होंगे टेन होंगे ਹੈਨਾ ਤੇ ਆਪਣੇ ਕੋਲੇ ਜਿਹੜੇ ਬਾਈਨਰੀ ਨੰਬਰਸ ਹੁੰਦੇ ਨੇ ਉਹ بیس ਕਿ ਹੁੰਦਾ ਬੱਚੋ 2 ਹੁੰਦਾ ਜਿਹੜੇ 0 ਤੋਂ 1 ਹੈ ਹੈਨਾ ਕਲਾ ਅਕਟਲ ਨੰਬਰ ਦਾ 8 ਹੁੰਦਾ بیس 0 ਤੋਂ 7 ਤੱਕ ਹੁੰਦਾ 16 ਡੈਸੀਮਲ 0 ਤੋਂ 9 A ਤੋਂ F ਹੁੰਦਾ ਹਾਂਜੀ ਕਹਿੰਦੇ ਵਟ ਟਾਈਪ ਆਫ ਸੌਫਟਵੇਅਰ ਮਸਟ ਟੂ ਬੀ ਯੂਜ਼ਡ ਟ੍ਰਾਂਸਫਰਮ ਦਾ ਸਕੈਨਡ ਟੈਕਸਟ ਇੰਟੂ ਫਾਰਮੈਟ ਥੈਟ ਕੈਨ ਬੀ ਮੈਨੀਪੂਲੇਟਡ ਕਹਿੰਦੇ ਸਕੈਨ ਕੀਤੇ ਟੈਕਸਟ ਨੂੰ ਫਾਰਮੈਟ ਵਿੱਚ ਬਦਲਣ ਲਈ ਕਿਸ ਕਿਸਮ ਦੇ ਸੌਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨੂੰ ਕੀ ਕੀਤਾ ਜਾ ਸਕੇ ਤੇਰਾ ਫੇਰੀ ਕੀਤਾ ਜਾ ਸਕੇ ਕਿੱਥੇ ਆ ਜਾ ਯਾਰ ਹਾਂਜੀ ਤਾਂ ਬੱਚੋ ਕੀ ਹੈ ਕੀ ਜਦੋਂ ਆਪਾਂ ਕੋਈ ਡਾਕੂਮੈਂਟ ਨੂੰ ਸਕੈਨ ਕਰ ਦਿੰਨੇ ਆ ਤਾਂ ਬੱਚਿਓ ਨੂੰ ਕੀ ਆਪਾਂ ਐਡਿਟ ਵੀ ਕਰ ਸਕੀਏ ਉਹਨੂੰ ਟੈਕਸਟ ਨੂੰ ਕੀ ਕਰ ਸਕੀਏ ਮੈਨੀਪੂਲੇਟ ਵੀ ਕਰ ਸਕੀਏ ਸਕੈਨ ਕੀਤੇ ਟੈਕਸਟ ਨੂੰ ਆਪਾਂ ਕੀ ਕਰ ਸਕੀਏ ਐਡਿਟ ਕਰ ਸਕੀਏ ਮੈਨੀਪੂਲੇਟ ਕਰ ਸਕੀਏ ਤਾਂ ਉਹਦੇ ਲਈ ਕੀ ਯੂਜ਼ ਕਰਦੇ ਆ ਪਰੇ ਬੱਚੋ ਥੈਟ ਇਜ਼ ਓ ਸੀ ਆਰ ਦਾ ਯੂਜ਼ ਕੀਤਾ ਜਾਂਦਾ ਜਿਹਨੂੰ ਕਹਿੰਦੇ ਆ ਆਪਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ ਕੀ ਕਹਿੰਦੇ ਨੇ ਬੱਚੋ ਥੈਟ ਇਜ਼ ਆਪਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ ਹੈਨਾ ਥੈਟ ਇਜ਼ ਓ ਸੀ ਆਰ है ना सीआरटी है देखो ये फुल फॉर्म लिख दी ना पेपर च फुल फॉर्म आ जाती है ऑप्टिकल करेक्टर रिकोगनाइजेशन है ना सीआरटी कैथोड रे ट्यूब आर जी बी रेड ग्रीन ब्लू ਮੀਡੀ ਹੁੰਦਾ ਮਿਊਜ਼ੀਕਲ ਇਨਸਟਰੂਮੈਂਟ ਡਿਜੀਟਲ ਇੰਟਰਫੇਸ ਮੀਡੀ ਕੀ ਹੁੰਦਾ ਮਿਊਜ਼ੀਕਲ ਇਨਸਟਰੂਮੈਂਟ ਡਿਜੀਟਲ ਇੰਟਰਫੇਸ ਹਾਂਜੀ ਥੈਟ ਇਜ਼ ਓ ਸੀ ਆਰ ਕੀ ਹੁੰਦਾ ਆਪਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ ਇਟ ਇਜ਼ ਅ ਟੈਕਨੋਲੋਜੀ 댓 ਰਿਕੋਗਨਾਈਜ਼ ਦਾ ਟੈਕਸਟ ਵਿਦਨ ਦਾ ਡਿਜੀਟਲ ਇਮੇਜ ਬਿਲਕੁਲ ਜਿਹੜੀ ਡਿਜੀਟਲ ਮੀਡ ਦੇ ਵਿੱਚ ਟੈਕਸਟ ਨੂੰ ਰਿਕੋਗਨਾਈਜ਼ ਕਰਦੀ ਹੈ ਤੁਹਾਨੂੰ ਕੀ ਕਹਿੰਦੇ ਨੇ ਬੱਚੋ 댓 ਇਜ਼ ਆਪਣੇ ਕੋਲੇ ਓ ਸੀ ਆਰ ਆਪਟੀਕਲ ਕੈਰੈਕਟਰ ਰਿਕੋਗਨਾਈਜੇਸ਼ਨ ਹਾਂਜੀ ਨੈਕਸਟ ਆ ਬੱਚੋ ਵਾਟ ਇਜ਼ ਅ ਸਪੈਸ਼ਲ ਰਜਿਸਟਰ ਦੈਟ ਹੋਲਡਸ ਦਾ ਮੈਮਰੀ ਐਡਰੈਸ ਆਫ ਦਾ ਨੈਕਸਟ ਇਨਸਟਰਕਸ਼ਨ ਟੂ ਬੀ ਐਗਜ਼ੀਕਿਊਟਿਡ ਕਹਿੰਦੇ ਜੋ ਕਿ ਵਿਸ਼ੇਸ਼ ਰਜਿਸਟਰ ਹੈ ਜਿਸ ਵਿੱਚ ਅਗਲੀ ਹਦਾਇਤ ਦੀ ਮੈਮਰੀ ਦਾ ਪਤਾ ਹੁੰਦਾ ਤਾਂ ਉਹ ਕੀ ਕਹਿੰਦੇ ਨੇ ਬਿਲਕੁਲ ਬੱਚੋ ਕੀ ਕਹਿੰਦਾ ਕਿ ਇਹ ਜੋ ਇੱਕ ਵਿਸ਼ੇਸ਼ ਰਜਿਸਟਰ ਜਿਸ ਵਿੱਚ ਅਗਲੀ ਹਦਾਇਤ ਦੀ ਮੈਮਰੀ ਦਾ ਪਤਾ ਹੁੰਦਾ ਹੈ ਤਾਂ ਉਸ ਰਜਿਸਟਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਵਨ ਵਿਚ ਇਜ਼ ਦਿਸ ਸਪੈਸ਼ਲ ਰਜਿਸਟਰ ਥੈਟ ਹੋਲਡਸ ਦਾ ਮੈਮਰੀ ਐਡਰੈਸ ਆਫ ਦਾ ਨੈਕਸਟ ਇਨਸਟਰਕਸ਼ਨ ਟੂ ਬੀ ਐਗਜ਼ੀਕਿਊਟਡ ਜੋ ਕਿ ਇੱਕ ਵਿਸ਼ੇਸ਼ ਰਜਿਸਟਰ ਜਿਸ ਵਿੱਚ ਅਗਲੀ ਹਦਾਇਤ ਦੀ ਮੈਮਰੀ ਦਾ ਪਤਾ ਹੁੰਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਹਾਂਜੀ ਬਿਲਕੁਲ ਤਾਂ ਬੱਚੋ ਜਿਹੜੀ ਜਿਹੜੇ ਰਜਿਸਟਰ ਨੇ ਅੱਛਾ ਇੱਕ ਵਾਰੀ ਅੱਜ ਤੁਸੀਂ ਥੰਬਸ ਅਪ ਨਹੀਂ ਕੀਤਾ ਯਾਰ ਜਲਦੀ ਜਲਦੀ ਕੋਈ ਥੰਬਸ ਅਪ ਜਵਾਂਸਰ ਕਰੋ ਹਨਾ ਮੈਂ ਵੀ ਸੋਚਾ ਵੀ એનર્ਜੀ ਜੀ ਕਾਤੋਂ ਲੋ ਲੱਗੀ ਆਂਦੀ ਹੈ ਬੱਚਿਆਂ ਨੇ ਅੱਜ ਇਹਨੇ ਪਿਆਰੇ ਬੱਚੇ ਤੁਸੀਂ ਥੰਬਸ ਅਪ ਜਵਾਂਸਰ ਨਹੀਂ ਕੀਤਾ ਜਲਦੀ ਜਲਦੀ ਕਰੋ ਫਿਰ ਅਨਸਰ ਦੱਸੂਗਾ ਇਹਦਾ ਹਾਂਜੀ ਬਿਲਕੁਲ ਤਾਂ ਬੱਚੋ ਕੀ ਹੈ ਜਿਹੜੇ ਮੈਮਰੀ ਐਡਰੈਸ ਨੈਕਸਟ ਇੰਸਟਰਕਸ਼ਨ ਦਾ ਐਗਜ਼ੀਕਿਊਟ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਬੱਚੋ ਦੈਟ ਇਜ਼ ਅ ਪ੍ਰੋਗਰਾਮ ਕਾਊਂਟਰ ਕਿਹਾ ਜਾਂਦਾ ਕਿਹੜੇ ਕਹਿੰਦੇ ਨੇ ਪ੍ਰੋਗਰਾਮ ਕਾਊਂਟਰ ਬਿਲਕੁਲ ਪ੍ਰੋਗਰਾਮ ਕਾਊਂਟਰ ਕੀ ਕੰਟੇਨ ਕਰ ਦਿੰਨੇ ਨੈਕਸਟ ਇੰਸਟਰਕਸ਼ਨ ਦਾ ਐਡਰੈਸ ਸਟੋਰ ਕਰਕੇ ਰੱਖ ਦਿੰਨੇ हाँ जी नेक्स्ट आ गया डिस्क इज़ दे विच टाइप ऑफ डिस्क विनचैस्टर डिस्क किस किस्म की डिस्क है बचो दैट इज़ मैग्नेटिक डिस्क ऑप्टिकल डिस्क फाइबर डिस्क या कैश मैमरी पवन कुमार जिंदाबाद कहना जिंदा जैनसर जिंदाबाद ठीक है बचो थैंक यू ਹੁਣ ਜਿਹੜੇ ਬੱਚਾ ਨੇ ਅਬਾਊਟ 100 ਦੇ ਅਪਰੋਕਸੀਮੇਟ ਬੱਚਾ ਕਲਾਸ ਲਾਈਵ ਦੇਖ ਰਿਹਾ ਹੈ ਤਾਂ ਹੁਣ ਮੈਨੂੰ ਇਹ ਪਤਾ ਲੱਗਿਆ ਵੀ ਰਾਤ ਦੇ 11 ਵਜੇ ਨੇ ਇਹਨਾਂ ਬੱਚਿਆਂ ਦਾ ਇੱਕ ਵੀ ਨੰਬਰ ਨਹੀਂ ਕੱਢਦਾ ਪੇਪਰ ਦੇ ਵਿੱਚੋਂ ਪੇਪਰ 'ਚ ਇੱਕ ਕੰਪਿਊਟਰ ਦੇ ਵਿੱਚ ਪੂਰੇ ਤੋਂ ਪੂਰੇ ਨੰਬਰ ਲੈ ਕੇ ਆਣਗੇ ਜੇ ਐਮ ਆਈ ਰੈਗੂਲਰ ਦੇਖਦੇ ਰਹੇ ਹਨਾ ਬਿਲਕੁਲ ਐਮ ਆਈ ਰੈਗੂਲਰ ਦੇਖਦੇ ਰਹੇ ਇੱਕ ਨੰਬਰ ਨਹੀਂ ਕੱਟਿਆ ਜਾਂਦਾ ਬੱਚੋ ਮੇਰੀ ਜ਼ਿੰਮੇਵਾਰੀ ਹੈ हाँ जी तो बच्चों विनचैसटर डिस्क केड़ी होंगी मैगनैटिक डिस्क होंगी ऑनलाइन डेटा डेटा स्टोर होंगे ना यूज करते हैं मेनली ऑनलाइन डेटा स्टोर ले यूज की जाती है कि विनचैसटर डिस्क हाँ जी काते ऑनलाइन डेटा स्टोरेज वास्ते यूज़ ਕਰਦੇ ਹਾਂ ਵਿਨਚੈਸਟਰ ਡਿਸਕ ਜੈਟ ਡਿਸਕ ਪੈਕਸ ਆਫਨ ਯੂਜ਼ਡ ਫੋਰ ਆਨਲਾਈਨ ਸਕੈਨਰੀ ਸਟੋਰੇਜ ਡਿਵਾਈਸ ਬਿਲਕੁਲ ਕਾਦੇ ਵਾਸਤੇ ਯੂਜ਼ ਕਰਦੇ ਹਾਂ ਥੈਟ ਇਜ਼ ਆਨਲਾਈਨ ਸਟੋਰੇਜ ਲਈ ਅਸੀਂ ਯੂਜ਼ ਕਰਦੇ ਹਾਂ ਕਿਨੂੰ ਵਿਨਚੈਸਟਰ ਡਿਸਕ ਨੂੰ ਇਹਨੂੰ ਡਿਸਕ ਇਜ਼ ਕੋਟਡ ਔਨ ਬੋਥ ਸਾਈਡ ਬਿਲਕੁਲ ਬੋਥ ਸਾਈਡ ਡਿਸਕ ਕਾਦੀਨਲ ਕੋਟਡ ਹੁੰਦੀ ਹੈ ਹਾਰਡ ਡਿਸਕ ਦੋਨੋਂ ਪਾਸੇ ਕੋਟ ਕੀਤਾ ਜਾਂਦਾ ਹੈ ਕਾਦੀਨਲ ਕੋਟ ਕੀਤਾ ਜਾਂਦਾ ਹੈ ਬੱਚੋ ਮੈਗਨੇਟਿਕ ਮੈਟੈਲਿਕ ਆਕਸਾਈਡ ਆਪਟੀਕਲ ਮੈਟੈਲਿਕ ਆਕਸਾਈਡ ਕਾਰਬਨ ਲੇਅਰ ਜਾਂ ਨਨ ਆਫ ਦੀ ਵਰਬ ਆ ਹੈਪੀ ਸੋਤਾ ਜੀ ਕਹਿੰਦੇ ਜਕਾਰਾ ਜੈਨ ਸਰਦਾ ਹੈ ਨਾ ਹੋਲੀ ਲਾਓ ਬੱਚੇ ਤਾਂ ਗਵਾਂਡੀ ਸੁੱਤੇ ਪਏ ਡਰਜਨਗੇ ਵੀ ਤੇ ਜਕਾਰੇ ਕਾਤੋਂ ਲੱਗਣ ਲੱਗੇ ਹੈ ਨਾ ਵੀ ਅੰਮੇ ਤਾਂ ਕਿਹੜਾ ਬਾਬਾ ਆ ਗਿਆ ਵੀ ਜਿਹੜੇ ਜਕਾਰੇ ਲੱਗ ਰਹੇ ਨੇ ਰਾਤ ਹੋ ਗਈ ਹੁੰਨ ਲਾਓ ਜਕਾਰਾ ਪਸਵੇਰੇ ਲਾਵਾਂਗੇ हाँ जी बच्चों हार्ड डिस्क इज कोटेड विद मटैलिक मैग्नेटिक मटैलिक ऑक्साइड ऑप्टिकल मटैलिक ऑक्साइड कार्बन लेयर या आल ऑफ नन ऑफ है की कहेंद्रा दे बच्चों दैट इज मैगनैटिक मटैलिक ऑक्साइड है ना जो हार्ड डिस्क है दोनों पास कोट की होंगी हों बचो दैट इज़ मटैलिक मैगट मैगनैटिक ऑक्साइड नाल कोट है हाँ जी द डिस्क इज़ कोटड विद मैगनैटिक मैटैलिक ऑक्साइड विद बोथसाइड बच्चों की है अपने को नैक्सट आ गई प्यारे बच्चों हाँ uh, जी नेक्स्ट की आ गया बच्चों अपने को ले. Which of the following store device used to compensate the difference in the rates of flow of one device to another device bilkul kehnda hai ik device to dooje device vich data de pravah de daran vich antar di purvai karan layi hetha litya vichon keda store device vartya janda hai bilkul kehnde which of the following flow uh, पोलिंग स्टोरेज ऑफ डिवाइस इज़ यूज टू कंपनसेट द डिफरेंस इन द रेल्स फ्लो ऑफ डाटा फ्रॉम वन डिवाइस टू नदर डिवाइस ना एक डिवाइस दूजे डेटा से डिवाइ डिवाइसा अंतर दरपाई करने ला स्टोरेज मीडियम यूज़ किया जाता था कि स्टोरेज मीडियम यूज़ कर दिया बच्चों दैट इज बफर का यूज कर दिया ਮੇਟੂ ਅੱਜ ਇੱਕ ਕਲਾਸ ਹੋਈ ਹੈ ਮੇਰੀ ਜਿਹੜੀ ਆਪਣੀ ਹੋਈ ਹੈ ਐਸਐਸਸੀ ਅੱਡਾ ਤੇ ਤਾਂ ਜਿਹੜੇ ਜਿਹੜੇ ਬੱਚੇ ਲਾਈਵ ਬਣੇ ਦੇਖੋ ਜਿਹੜੇ ਜਿਹੜੇ ਬੱਚੇ ਮੰਨਦੇ ਨੇ ਕਿ ਸਰ ਬਿਲਕੁਲ ਰੋਜ਼ ਕਲਾਸ ਲਾਈਦਾ ਹੈ ਹੈਨਾ ਅੱਜ ਐਸਐਸਸੀ ਅੱਡਾ ਦੀ ਕਲਾਸ ਹੋਈ ਹੈ ਤਾਂ ਉੱਥੇ ਹਿੰਦੀ ਚ ਕਮੈਂਟ ਕਰਕੇ ਆਨੇ ਸਭ ਨੇ ਕੀ ਚ ਹਿੰਦੀ ਚ ਹੈਨਾ ਐਕਚੁਅਲ ਚ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਦੀ ਪੰਜਾਬੀ ਤਾਂ ਉਹਨਾਂ ਨੂੰ ਗੁੱਗੂ ਕਾ ਅੰਗਰੇਜ਼ੀ ਲੱਗਦੇ ਨੇ ਤਾਂ ਐਸਐਸਸੀ ਅੱਡਾ ਤੇ ਜਿਹੜੀ ਕਲਾਸ ਹੋਈ ਹੈ ਸਾਰੇ ਬੱਚਾ ਨੇ ਦੇਖੋ ਕਿਹੜਾ ਕਿਹੜਾ ਬੱਚਾ ਕਮੈਂਟ ਕਰਕੇ ਆਊਗਾ ਇੱਕ ਸੋਹਣੇ ਸੋਹਣੇ ਜਿਹੇ ਕਮੈਂਟ ਕਰਕੇ ਜ਼ਰੂਰ ਕੰਪਿਊਟਰ ਦੇ ਸਰ ਆਏ ਨੇ ਪੰਜਾਬੀ ਐਨਾ ਪਿਆਰ ਕਰਦੇ ਨੇ ਸਰ ਨੂੰ ਹੈਨਾ ਪਤਾ ਲੱਗੀ ਕਿ ਪੰਜਾਬ ਦੇ ਐਨੇ ਪੰਜਾਬ ਦੇ ਹਰਮਨ ਪਿਆਰੇ ਸਰ ਆਏ ਨੇ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਆਈਓ ਠੀਕ ਹੈ ਬੱਚੋ ਚਲੋ ਠੀਕ ਹੈ ਬੱਚੋ ਚਲੋ ਅੱਜ ਦੇ ਲਈ ਐਨਾ ਕੀ ਰੱਖਾਂਗੇ ਜਿੰਨਾ ਬੱਚਾ ਨੇ ਹਾਲ ਤੱਕ ਡਿਜੀਟਲ ਗੁਰੂ ਬੁੱਕ ਨਹੀਂ ਮੰਗਾਈ ਤਾਂ ਡਿਜੀਟਲ ਗੁਰੂ ਬੁੱਕ ਜ਼ਰੂਰ ਮੰਗਵਾ ਲਓ ਡਿਜੀਟਲ ਗੁਰੂ ਬੁੱਕ ਲੈਣ ਲਈ ਕਿੱਥੇ ਜਾਣਾ ਪਊਗਾ ਉਹ ਮੈਂ ਤੁਹਾਨੂੰ ਹੁਣ ਦੱਸ ਦਾਂ ਤੇ ਦੂਜਾ ਜਿੰਨਾ ਬੱਚਾ ਨੇ ਹਾਲ ਤੱਕ ਬੈਚ ਨਹੀਂ ਪਰਚੇਸ ਕੀਤਾ ਬੈਚ ਜ਼ਰੂਰ ਪਰਚੇਸ ਕਰ ਲਿਓ ਹੈਨਾ बिल्कुल बैच जरूर परचेज़ कर लियो बच्चों जिन्होंने बैच नहीं परचेज़ किया तो अडर ट्वेंटी फोर सैवन डॉट कॉम से आवे इत बच्चों बिल्कुल अड्डा ट्वेंटी फोर सैवन डॉट कॉम से जावे तो इतने सर्च करा दैट इज़ अ डिजिटल गुरु की सर्च करा पहले बच्चों दैट इज़ अ डिजिटल गुरु और मैंने की सर्च किया दैट इज़ डिजिटल ਗੁਰੂ ਬਿਲਕੁਲ ਡਿਜੀਟਲ ਗੁਰੂ ਸੱਚਕੀਤਾ ਬੁక్స్ ਦੇ ਵਿੱਚ ਗਏ ਤਾਂ ਬੱਚੋ ਆ ਆ ਗਈ ਆਪਣੇ ਕੋਲੇ ਡਿਜੀਟਲ ਗੁਰੂ ਆ ਆ ਗਈ ਡਿਜੀਟਲ ਗੁਰੂ ਤਾਂ ਬੱਚੋ ਦੇ ਬਾਈ ਨਾਉ ਤੇ ਕਲਿੱਕ ਕਰਾਂਗੇ ਬਾਈ ਨਾਉ ਤੇ ਕਲਿੱਕ ਕਰਕੇ ਤਾਂ Y727 S ਕੂਪਨ ਕੋਡ ਲਗਾ ਦਾਂਗੇ ਅਪਲਾਈ ਕਰਾਂਗੇ ਤੈਨੂੰ ਕੋਇਨਸ ਵਗੈਰਾ ਲਗਾ ਕੇ ਤੁਹਾਨੂੰ 158 ਰੁਪਏ ਦੀ ਮਿਲ ਜੂਗੀ ਇੰਨੇ ਦੀ ਮਿਲ ਜੂਗੀ ਬੱਚੋ 158 ਰੁਪਏ ਦੀ ਮਿਲ ਜੂਗੀ ਡਿਜੀਟਲ ਗੁਰੂ 148 ਦੀ ਮਿਲ ਜੂਗੀ ਡਿਜੀਟਲ ਗੁਰੂ ਇਹਦੇ ਨਾਲ ਪੀਡੀਐਫ ਵੀ ਮਿਲੂਗੀ ਹੈਨਾ ਪੇਡ ਬੈਚ ਵੀ ਮਿਲੂਗਾ ਪੀਡੀਐਫ ਪੇਡ ਬੈਚ ਤਾਂ ਇਹ ਸਾਰਾ ਕੰਪਲੀਟ ਕਿਟ ਮਿਲੂਗਾ ਬੱਚੋ ਦੈਟ ਇਜ਼ ਇਨ ਦਾ ਡਿਜੀਟਲ ਗੁਰੂ ਚ ਹਾਂਜੀ ਬਿਲਕੁਲ ਕੀ ਚ ਮਿਲੂਗਾ ਬੱਚੋ ਡਿਜੀਟਲ ਗੁਰੂ ਦੇ ਵਿੱਚ ਮਿਲੂਗਾ ਪੇਡ ਬੈਚ ਪੀਡੀਐਫ ਸਿਰਫ 158 ਰੁਪਏ ਚ ਹਾਰਡ ਕਾਪੀ ਤੁਹਾਡੇ ਘਰੇ ਆਊਗੀ ਹਾਰਡ ਕਾਪੀ ਬੁੱਕ ਦੀ ਤੁਹਾਡੇ ਘਰੇ ਆਊਗੀ ਤੇ ਦੂਜਾ ਕੀ ਹੈ ਬੱਚੋ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਕੀ ਹੈ ਕਿ ਆਪਣਾ ਸਬ ਇਨਸਪੈਕਟਰ ਦਾ ਸਾਰਾ ਸਿਲੇਬਸ ਮਿਲੂਗਾ ਕੋਈ ਬੁੱਕ ਨਹੀਂ ਹੈਗੀ ਜਿੱਚ ਸਬ ਇਨਸਪੈਕਟਰ ਦਾ ਸਿਲੇਬਸ ਹੈ ਓਨਲੀ ਡਿਜੀਟਲ ਗੁਰੂ ਹੈ ਜਿੱਚ ਕੀ ਹੈ ਕੰਪਲੀਟ ਸਿਲੇਬਸ ਆਊਗਾ ਸਬ ਇਨਸਪੈਕਟਰ ਦਾ ਹੈਨਾ ਬਿਲਕੁਲ ਜਿਨ੍ਹਾਂ ਨੇ ਹਲੇ ਤੱਕ ਪਰਚੇਸ ਨਹੀਂ ਕੀਤੀ ਤਾਂ ਜਰੂਰ ਡਿਜੀਟਲ ਗੁਰੂ ਨੂੰ ਪਰਚੇਸ ਇਸ ਕਰ ਲੈਣ ਬੈਸਟ ਬੁੱਕ ਹੈ ਤੁਹਾਡੀ ਪ੍ਰੈਪਰੇਸ਼ਨ ਲਈ ਹੈਨਾ ਤੇ ਦੂਜਾ ਬੱਚੋ ਜਿਨ੍ਹਾਂ ਨੇ ਹਲੇ ਤੱਕ ਕਨਸਟੇਬਲ ਦਾ ਬੈਚ ਨਹੀਂ ਪਰਚੇਸ ਕੀਤਾ ਬਿਲਕੁਲ ਕਨਸਟੇਬਲ ਦਾ ਬੈਚ ਸ਼ੁਰੂ ਹੋ ਰਿਹਾ ਆਪਣੇ ਕੋਲੇ ਪੰਜਾਬ ਕਨਸਟੇਬਲ ਹੈਨਾ ਕਨਸਟੇਬਲ ਦਾ ਆਪਾਂ ਉਰੀ ਲੱਭ ਲੈਣੇ ਆ सर्च नहीं करना स्टेट एग्जाम जाके पाब पुलिस जावाने अपने कोंसटेबल का बैच शुरू हो रहा बचो पाब कोंसटेबल का बैच शुरू हो रहा बारह मार्च तो कि हो रहा बारह मार्च तो शुरू हो रहा है तो बारह मार्च तो बचो क की कूपन कोड की लगाऊंगे कॉन्सटेबल ले सैवन टू सैवन एस कूपन वाई सेवन टू सेवन कूपन कोड लगाओगे अप्लाई देन नीयर अबाउट पंद्रह सौ अस्सी रुपए का मिल जूगा कि मिल जूगा बच्चों पंद्रह सौ अस्सी का मिल जूगा कूपन कोड वाई सेवन टू सेवन लगाना है है ना तो किन्ने मिल जूगा बच्चों दैट इज़ पंद्रह सौ अस्सी रुपए मिल जूगा पंजाब पुलिस कॉन्सटेबल पंजाब पुलिस ਕਨਸਟੇਬਲ ਕਿੰਨੇ ਚ ਮਿਲ ਜੂਗਾ ਪਿਆਰੇ ਬੱਚੋ ਤਾਂ ਇਹਨਾਂ ਆਪਾਨੂੰ 1580 ਰੁਪਏ ਦੇ ਵਿੱਚ ਮਿਲ ਜੂਗਾ ਤਾਂ ਜਿੰਨਾਂ ਬੱਚਾ ਨੇ ਪੰਜਾਬ ਪੁਲਿਸ ਕਨਸਟੇਬਲ ਨਹੀਂ ਪਰਚੇਸ ਕੀਤਾ ਤਾਂ ਲੈ ਲਵੋ ਜਿਹਦੇ ਵਿੱਚ ਕਨਸਟੇਬਲ ਲਈ ਕੰਪਲੀਟ ਤਿਆਰੀ ਕਰਵਾਈ ਜਾਊਗੀ है ना जो कॉन्सटेबल की कंप्लीट तैयारी करवाई जाएगी तो पंजाब पुलिस कॉन्सटेबल परचेज़ कर सकते हो पंद्रह सौ अस्सी कूपन कोड यूज़ करके वाई सैवन टू सैवन कूपन कोड यूज़ करके चलो जिस बच्चे का कोई डाउट है कोई क्वैरी है तो उसी पूछ सकते हो फिर आप क्लास खत्म करा बिल्कुल बच्चों बिल्कुल थैंक यू जी ਸਰ ਠੀਕ ਹੈ ਬੱਚੋ ਕਿਸੇ ਬੱਚੇ ਦਾ ਕੋਈ ਡਾਊਟ ਹੈ ਕੋਈ ਕੁਐਰੀ ਹੈ ਬੱਚੋ ਤਾਂ ਤੁਸੀਂ ਪੁੱਛ ਸਕਦੇ ਹੋ ਥੈਨ ਆਪਾਂ ਕੀ ਇਹ ਕਲਾਸ ਨੂੰ ਐਂਡ ਕਰ ਦਵਾਂਗੇ ਕਨਸਟੇਬਲ ਦੀ ਕਲਾਸ ਕਦੋਂ ਲੱਗਦੀ ਹੈ ਕਨਸਟੇਬਲ ਦੀ ਕਲਾਸ ਬੱਚੇ ਕਦੋਂ ਲੱਗਦੀ ਹੈ ਅ ਕਦੋਂ ਲੱਗਦੀ ਹੈ ਇਹ 9 ਵਜੇ ਬਿਲਕੁਲ 9 ਵਜੇ ਲੱਗਦੀ ਹੈ ਬੱਚੋ ਕਨਸਟੇਬਲ ਦੀ ਕਲਾਸ 9 ਵਜੇ ਲੱਗਦੀ ਹੈ ਚਲੋ ਠੀਕ ਹੈ ਬੱਚੋ Bye bye, thank you.